ਸ੍ਰੀ ਵਾਹੇ ਗੁਰੂ
ਕੋਲ ਕੇ ਕੋਬ ਕੇ ਬਾਰੇ ਕੋਲ ਕੇ ਕੋਬ
ਧੰਨ ਗੁਰੂ ਪਿਆਰੇ, ਧੰਨ ਗੁਰੂ ਪਿਆਰੇ, ਗੁਰਮੁਖ ਪੰਥ ਸੁਹਾਵੜਾ, ਪੰਥ ਸੁਹਾਵੜਾ, ਗੁਰਮੁਖ ਪੰਥ ਸੁਹਾਵੜਾ, ਧੰਨ ਗੁਰੂ, ਧੰਨ ਗੁਰੂ ਪਿਆਰੇ, ਧੰਨ ਗੁਰੂ ਤਾਰੇ ਚੰਦ ਨਾ ਲੈਣ ਅੰਧਾਰੇ, ਸੂਰਜ ਜੋਤ ਦੋਤ ਕਰ, ਤਾਰੇ ਚੰਦ ਨਾ ਲੈਣ ਅੰਧਾਰੇ, ਦੇਵੀ ਦੇਵ ਨਾ ਸੈਮ ਕਾਂ, ਮੰਤ ਨਾ ਫੁਰਨ ਵਿਚਾਰ, ਦੇਵੀ ਦੇਵ ਨਾ ਸੇਵਕਾਂ, ਤੰਤ ਨਾ ਮੰਤ ਨਾ ਫੁਰਨ ਵਿਚਾਰੇ, ਤੰਤ ਨਾ ਮੰਤ ਨਾ ਫੁਰਨ ਵਿਚਾਰੇ, ਤੰਤ ਨਾ ਮੰਤ ਨਾ ਫੁਰਨ ਵਿਚਾਰੇ, ਧੰਨ ਗੁਰੂ, ਧੰਨ ਗੁਰੂ ਪਿਆਰੇ, ਧੰਨ ਗੁਰੂ ਪਿਆਰੇ, ਵੇਦਕ ਤੇ ਪਾਇਆਸ਼ਟਤਾ ਪੂਰੇ ਸਤਿਗੁਰ ਸ਼ਬਦ ਸਵਾਰੇ, ਗੁਰਮੁਖ ਪੰਥ
ਸ਼ਬਦ ਸਵਾਰੇ ਵੇਖਤੇ ਪਾਇਸ਼ਟਤਾ ਪੂਰੇ ਸਤਿਗੁਰ ਸ਼ਬਦ ਸਵਾਰੇ ਗੁਰਮੁਖ ਪੰਥ ਸੁਹਾਵਣਾ ਧੰਨ ਗੁਰੂ ਪ੍ਰਗਟ ਸੰਸਾਰੇ ਸਾਧ ਸੰਗਤ ਪ੍ਰਗਟ ਸੰਸਾਰੇ ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਗੁਰੂ ਪਿਆਰੇ ਧੰਨ ਗੁਰੂ ਪਿਆਰੇ ਧੰਨ ਗੁਰੂ ਪਿਆਰੇ ਸਦਾ ਸਮਾਰਦਾ
ਸਤਿਗੁਰ ਚੇਤੇ ਆਨਾ ਜਾਏ ਦਮ ਨਾ ਬੇਠਾ ਜਾਏ ਦਮ ਨਾ ਬੇਠਾ ਜਾਏ ਦਮ ਨਾ ਬੇਠਾ ਜਾਏ ਦਮ ਨਾ ਬੇਠਾ ਜਾਏ ਦਮ ਦਮ ਸਦਾ ਸਦਾ ਰਹਿਆ ਦੇਵ ਲਾਏ
चरण का पावे जीवन जीवन पदवी पाए हाँ जीवन पदवी पाए जन्म मरण जीवन पदवी पाए जीवन पदवी पाए जीवन पदवी पाए दाम ना मिलता जाए दाम ना मिलता जाए दाम ना मिलता जाए सदा समारता दम दम सदा नानक एह मर्तबा तिसनो दे जिसनो कृपा करे रजा हाँ हाँ नानक मर्तबा तिसनो दे नानक मर्तबा तिसनो दे जिसनो कृपा जिसनो कृपा करे न जाए जिसनो कृपा करे न जाए जिसनो कृपा करे
ਜਾਗੋ ਹਰ ਰੰਗ ਲਾਗੋ ਇਸ ਯੁਗ ਮੈਂ 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 ਜਾਗੋ ਹਰ ਯੁਗ ਮੈਂ ਜਾਗੋ ਹਰ ਰੰਗ ਲਾਗੋ ਇਸ ਯੁਗ ਸੋ ਕਈਅਤ ਹੈ ਸੂਰਾ ਸੋ ਕਈਅਤ ਹੈ ਸੂਰਾ ਸੋ ਕਈਅਤ ਹੈ ਸੂਰਾ ਸੋ ਕਈਅਤ ਹੈ
ਸਗਲ ਵਸ ਸਤਿਗੁਰ ਪੂਰਾ ਜਾਗਾ ਸਤਿਗੁਰ ਪੂਰਾ ਸੋ ਕਹੀਅਤ ਹੈ ਸੂਰਾ ਸੋ ਕਹੀਅਤ ਹੈ ਸੂਰਾ ਸੋ ਕਹੀਅਤ ਹੈ ਸੂਰਾ ਸੋ ਕਹੀਅਤ ਹੈ ਸੂਰਾ ਜਾਗੋ ਹਰ ਰੰਗ ਲਾਗੋ ਇਸ ਜੁਗ ਗਾਇਆ ਤਵਰੰਗ
ਕਬ ਕਰ ਲਾਵੇਂਗੇ
ਮੋਹ ਦੂਜੀ ਨਾਹੀ ਠੋ
ਹਰ ਸੁਣ ਜਾ ਗੇ ਹੋ ਤੁਮਰੀ ਕਰੋ ਨੇ ਤਿਆਸ ਕਰੋ ਨੇ ਤਿਆਸ ਪ੍ਰਭ ਮੋਹੇ ਕਬ ਕਲ ਲਾਵੇਂਗੇ ਪ੍ਰਭ ਮੋਹੇ ਕਬ ਕਲ ਲਾਵੇਂਗੇ ਪ੍ਰਭ ਮੋਹੇ ਕਬ ਕਲ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੂਨ ਪੂਨ ਸੀਸ ਪੂਨ ਪੂਨ ਸੀਸ ਬੰਦੋ ਬਾਰ ਬਾਰ ਜਗਦੀ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ ਇੱਕ ਗੜੀਅਲ ਅਰ ਮਥੁਰਾ ਦਾਸ ਆਏ ਦਰਸ ਕੀਨੋ ਗੁਰ ਪਾਸ ਇੱਕ ਗੜੀਅਲ ਅਰ ਮਥੁਰਾ ਦਾਸ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਹਾਜ਼ਰ ਨਾਜ਼ਰ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ 6 ਜੂਨ 1984 ਦੇ ਤੀਸਰੇ ਮਹਾਨ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਹਨਾਂ ਗੁਰਮਤ ਸ਼ਹੀਦੀ ਦੀਵਾਨਾਂ ਦੇ ਅੰਦਰ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਹਜ਼ੂਰ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਸਤ ਸੰਗਤ ਕਰਨ ਦਾ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਨਗਰ ਬੂੜੇ ਨੰਗਲ ਦੀ ਸੰਗਤ ਵੱਲੋਂ ਬੜੇ ਪ੍ਰੇਮ ਸਤਿਕਾਰ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਇੱਕ ਦਿਨ ਦਾ ਸ਼ਹੀਦੀ ਸਮਾਗਮ ਆਪਣੇ ਨਗਰ ਵਿੱਚ ਰੱਖਿਆ ਹੈ। ਸਾਧ ਸੰਗਤ ਜੀ, ਅੱਜ ਤੋਂ 34 ਸਾਲ ਪਹਿਲਾਂ 1984 ਵਿੱਚ 1 ਜੂਨ ਤੋਂ ਲੈ ਕੇ 6 ਜੂਨ ਤੱਕ ਉਸ ਸਮੇਂ ਦੀ ਜਰਵਾਣੀ ਔਰ ਜ਼ਾਲਮ ਹਕੂਮਤ ਨੇ ਬੜੀ ਨਿਰਦੈਤਾ ਦੇ ਨਾਲ ਬੜੀ ਕਰੂਰਤਾ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ 'ਤੇ ਲੱਖਾਂ ਦੀ ਫੌਜ ਨੂੰ ਭੇਜ ਕੇ ਹਮਲਾ ਕੀਤਾ। ਉਸ ਹਮਲੇ ਦੌਰਾਨ ਬੇਅੰਤ ਸੰਗਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾ ਰਹੀਆਂ ਸਨ। ਜਦੋਂ ਇਹ ਹਮਲਾ ਹੋਇਆ ਔਰ ਇਸ ਹਮਲੇ ਦੌਰਾਨ ਜਿੱਥੇ ਅਣਗਿਣਤ ਸੰਗਤਾਂ ਵਿੱਚ ਜੁੜੇ ਹੋਏ ਸਤਿਗੁਰਾਂ ਦੇ ਦਰ ਦੇ ਸ਼ਰਧਾਲੂ, ਗੁਰਸਿੱਖ ਬਜ਼ੁਰਗ, ਮਾਤਾਵਾਂ, ਬੱਚੇ, ਨੌਜਵਾਨ, ਜਿਨ੍ਹਾਂ ਨੂੰ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ, ਜਿਸ ਪ੍ਰਕਰਮਾਂ ਦੇ ਕਦਮ ਕਦਮ ਉੱਤੇ ਸਿੱਖ ਜਾ ਕੇ ਆਪਣਾ ਮਸਤਕ ਰਗੜਦੇ ਹੈ, ਜਿਸ ਪ੍ਰਕਰਮਾਂ ਦੇ ਇੱਕ ਇੰਚ ਉੱਤੇ 8 ਪਹਿਰ ਵਾਹਿਗੁਰੂ ਨਾਮ ਦੀਆਂ ਤਰੰਗਾਂ ਉੱਠਦੀਆਂ ਹਨ, ਉਸ ਪ੍ਰਕਰਮਾਂ ਨੂੰ ਅੱਜ ਸੰਗਤਾਂ ਦੇ ਖੂਨ ਦੇ ਨਾਲ ਲੱਥ-ਪੱਥ ਕਰ ਦਿੱਤਾ ਗਿਆ। ਉਸ ਪ੍ਰਕਰਮਾਂ ਦੇ ਚਾਰੇ ਪਾਸੇ ਖੂਨ ਹੀ ਖੂਨ ਵਗ ਰਿਹਾ ਸੀ।
ਔਰ ਬੜਾ ਭਿਆਨਕ ਦਰਦਨਾਕ ਕੌਮ ਦੀ ਉਹ ਸਮੇਂ ਬਚਪਨ ਦਾ, ਬਜ਼ੁਰਗੀ ਦਾ, ਜਵਾਨੀ ਦਾ, ਮਾਤਾਵਾਂ ਦਾ ਖੂਨ ਉੱਥੇ ਵਹਾਇਆ ਗਿਆ ਔਰ ਉਸ ਸਮੇਂ ਜਾਨ ਨਾਲੋਂ ਪਿਆਰੇ ਗੁਰਧਾਮਾਂ ਦੀ ਰੱਖਿਆ ਵਾਸਤੇ, ਖਾਲਸਾ ਪੰਥ ਦੀ ਆਨ ਅਤੇ ਸ਼ਾਨ ਦੀ ਖਾਤਰ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਅਮਰ ਸ਼ਹੀਦ ਜਨਰਲ ਸਰਦਾਰ ਸੁਬੇਗ ਸਿੰਘ ਜੀ, ਅਮਰ ਸ਼ਹੀਦ ਬਾਬਾ ਠਾਰਾ ਸਿੰਘ ਜੀ ਸਮੇਤ ਅਣਗਿਣਤ ਸਿੰਘਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜ ਕਰਕੇ ਬੈਠੇ ਹਾਂ। ਆਪ ਜੀ ਨੇ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥੇ ਭਾਈ ਦਰਸ਼ਨਜੀਤ ਸਿੰਘ ਜੀ ਦੇ ਜਥੇ ਤੋਂ ਬਹੁਤ ਹੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਸਤਿ ਸੰਗਤ ਜੀ, ਆਪ ਗੁਰਬਾਣੀ ਦਾ ਸ਼ਬਦ ਸੁਣ ਰਹੇ ਸੋ। ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਹਗੇ, ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗਲ ਲਾਵਹਗੇ। ਇੱਕ ਤਾਂ ਗੁਰਸਿੱਖ ਪ੍ਰੇਮ ਦੀ ਅਵਸਥਾ ਦੇ ਵਿੱਚ ਬਹਿ ਕੇ ਜਦੋਂ ਸਿਮਰਨ ਕਰਦਾ ਹੈ, ਨਾਮ ਜਪਦਾ ਹੈ, ਜਦੋਂ ਗੁਰਸਿੱਖ ਦਾ ਹਿਰਦਾ ਅੰਤਹਿ ਕਰਨ ਸੇਵਾ ਸਿਮਰਨ ਦੇ ਨਾਲ ਐਨ ਸ਼ੁੱਧ ਔਰ ਪਵਿੱਤਰ ਹੋ ਜਾਂਦਾ ਹੈ, ਫਿਰ ਗੁਰਸਿੱਖ ਦੇ ਹਿਰਦੇ ਵਿੱਚ, ਸਾਧਕ ਦੇ ਹਿਰਦੇ ਵਿੱਚ, ਬੰਦਗੀ ਭਗਤੀ ਭਜਨ ਕਰਨ ਵਾਲਿਆਂ ਦੇ ਹਿਰਦੇ ਵਿੱਚ ਵੈਰਾਗ ਦੀ ਅਵਸਥਾ ਪੈਦਾ ਹੁੰਦੀ ਹੈ। ਉਦੋਂ ਫਿਰ ਵੈਰਾਗ ਵਿੱਚ ਭਿੱਜ ਕੇ ਬੇਨਤੀਆਂ ਕਰਦਾ ਹੈ, ਹੇ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਮਹਾਰਾਜ ਆਪਣੇ ਚਰਨਾਂ ਨਾਲ ਲਾ ਲਓ, ਮੈਨੂੰ ਆਪਣੇ ਦਰ ਤੋਂ ਅੱਠੇ ਪਹਿਰ ਆਪ ਜੀ ਦੇ ਪਾਵਨ ਗੁਣ ਗਾਉਣ ਦੀ ਦਾਤ ਬਖਸ਼ਿਸ਼ ਕਰੋ ਔਰ ਕਿਰਪਾ ਕਰਕੇ ਮੈਨੂੰ ਐਸੇ ਦਰਸ਼ਨ ਬਖਸ਼ੋ ਕਿ ਮੈਨੂੰ ਆਪਣੇ ਗਲ ਨਾਲ ਵੀ ਪ੍ਰਤੱਖ ਲਾ ਲਓ। ਪ੍ਰੇਮ ਦੀ ਗਲਵਕੜੀ ਵਿੱਚ ਲੈ ਕੇ ਸੱਚੇ ਪਾਤਸ਼ਾਹ ਆਪਣੇ ਸੀਨੇ ਦਾ ਆਨੰਦ ਮੈਨੂੰ ਬਖਸ਼ਿਸ਼ ਕਰ ਦਿਓ। ਇਹ ਵਾਹਿਗੁਰੂ ਦੇ ਪਿਆਰੇ ਭਗਤ ਬੰਦਗੀ ਵਾਲੇ ਨਾਮ ਜਪਣ ਵਾਲੇ ਇਸ ਤਰ੍ਹਾਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਹਨ। ਇਹ ਅਵਸਥਾ ਸਾਧ ਸੰਗਤ ਜੀ ਜਦੋਂ ਸੰਸਾਰ ਦੀ ਹਰ ਵਾਸ਼ਨਾ ਤੋਂ ਉੱਤੇ ਉੱਠ ਜਾਏ ਜਗਿਆਸੂ, ਮਨ ਵਿੱਚ ਦੁਨੀਆਂ ਦੀ ਕੋਈ ਇੱਛਾ ਦਾ ਸੰਕਲਪ ਨਾ ਰਹੇ, ਮਨ ਦੇ ਸਾਰੇ ਫੁਰਨਿਆਂ ਦਾ ਅਭਾਵ ਹੋ ਜਾਏ, ਦੁਨੀਆਂ ਦੀਆਂ ਆਸ਼ਾਵਾਂ ਦਾ ਮਨ ਵਿੱਚੋਂ ਤਿਆਗ ਹੋ ਜਾਏ, ਫਿਰ ਇਹ ਬੇਵਲ ਭਰੀ ਵੈਰਾਗ ਦੇ ਵਿੱਚੋਂ ਵਿਛੋੜੇ ਦੀ ਅਵਸਥਾ ਪੈਦਾ ਹੁੰਦੀ ਹੈ। ਮੇਰਾ ਮਨ ਲੋਟੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੇ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਇੱਕ ਤਾਂ ਐਸੇ ਗੁਰਮੁਖਾਂ ਦੀ ਐਸੀ ਪ੍ਰੀਤ ਵਿੱਚ ਭਿੱਜੀ ਹੋਈ, ਪ੍ਰੇਮ ਦੇ ਰੰਗ ਵਿੱਚ ਰੰਗੀ ਹੋਈ ਅਵਸਥਾ ਹੈ।
ਜਿਹੜੇ ਆਪਣੇ ਸਤਿਗੁਰੂ ਨੂੰ ਆਪਣੇ ਵਾਹਿਗੁਰੂ ਪਰਮੇਸ਼ਰ ਨੂੰ ਇਸ ਤਰ੍ਹਾਂ ਜੋਦੜੀਆਂ ਬੇਨਤੀਆਂ ਅਰਦਾਸਾਂ ਕਰਦੇ ਹਨ। ਭਗਤ ਫਰੀਦ ਸਾਹਿਬ ਜੀ ਦੀ ਵੀ ਐਸੀ ਅਵਸਥਾ ਸੀ ਜਦੋਂ ਉਹਨਾਂ ਦਾ ਕਾਮਾ ਨੇ ਮਾਸ ਕਰੰਗ ਸਮਝ ਕੇ ਚੂੰਡ ਚੂੰਡ ਕੇ ਖਾਧਾ ਤਾਂ ਉਹਨਾਂ ਨੇ ਸਲੋਕ ਉਚਾਰਿਆ, ਫਰੀਦਾ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਇ ਨੈਣਾ ਮੱਥ ਸੁਹਾਓ ਫਿਰ ਦੇਖਣ ਕੀ ਆਸ। ਇਹਨਾਂ ਦੀਦਿਆਂ ਨਾਲ, ਇਹਨਾਂ ਨੇਤਰਾਂ ਨਾਲ, ਇਹਨਾਂ ਅੱਖੀਆਂ ਨਾਲ ਮੈਨੂੰ ਆਪਣੇ ਪਿਆਰੇ ਵਾਹਿਗੁਰੂ ਦੇ ਦਰਸ਼ਨ ਕਰਨ ਦੀ ਮੇਰੀ ਤੀਬਰ ਇੱਛਾ ਹੈ। ਮੈਨੂੰ ਉਸ ਪਿਆਰੇ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰ ਲੈਣ ਦਿਓ, ਹੋਰ ਮੇਰੀ ਕੋਈ ਇੱਛਾ ਨਹੀਂ ਰਹਿ ਗਈ। ਐਸੀ ਅਵਸਥਾ ਸਿਖਰ ਦੀ ਅਵਸਥਾ ਹੁੰਦੀ ਹੈ ਔਰ ਇਸ ਅਵਸਥਾ ਤੋਂ ਅੱਗੇ ਹੋਰ ਕੋਈ ਅਵਸਥਾ ਨਹੀਂ। ਸਾਧ ਸੰਗਤ ਦੀ ਇਹ ਅਵਸਥਾ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਦੂਸਰੀ ਅਵਸਥਾ ਜਦੋਂ ਸੂਰਮਾ ਧਰਮ ਦੀ ਖਾਤਰ ਰਣ ਭੂਮੀ ਦੇ ਵਿੱਚ ਜੂਝ ਕੇ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਸੂਰਮਾ ਵੀ ਧਰਮ ਦੀ ਖਾਤਰ ਜਦੋਂ ਜੰਗ ਵਿੱਚ ਜੂਝਦਾ ਹੈ ਔਰ ਜੈਸੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਸਨ ਜਾਂ ਉਹਨਾਂ ਦੇ ਸਹਿਯੋਗੀ ਸਾਥੀ ਸਿੰਘ ਸਨ, ਉਹਨਾਂ ਦੀ ਵੀ ਇਹੀ ਅਰਦਾਸ ਸੀ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਅਸੀਂ ਧਰਮ ਦੀ ਖਾਤਰ ਜੂਝ ਰਹੇ ਹਾਂ, ਇਹ ਸ਼ਹਾਦਤ ਦਿੰਦਿਆਂ ਹੋਇਆਂ ਤੁਹਾਡੇ ਚਰਨਾਂ ਦੇ ਵਿੱਚੋਂ ਤੁਹਾਡੀ ਗੋਦ ਦਾ, ਤੁਹਾਡੀ ਪ੍ਰੀਤ ਰੂਪੀ ਗਲਵੱਕੜੀ ਦਾ ਸਾਨੂੰ ਵੀ ਨਿੱਘ ਬਖਸ਼ ਦਿਓ, ਆਪਣੀ ਗੋਦ ਵਿੱਚ ਸਾਨੂੰ ਬੈਠਾ ਲਓ, ਆਪਣੇ ਪਵਿੱਤਰ ਸੀਨੇ ਨਾਲ ਸਾਨੂੰ ਲਾ ਲਓ, ਆਪਣਾ ਸਰੀਰ ਵੀ ਲੇਖੇ ਲਾ ਦੇਣਾ ਧਰਮ ਦੀ ਖਾਤਰ ਜੂਝਦਿਆਂ ਹੋਇਆਂ। ਕੇਵਲ ਇੱਕੋ ਮਨ ਵਿੱਚ ਇੱਛਾ ਹੋਣੀ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਨਿਵਾਸ, ਗੁਰੂ ਦੀ ਗੋਦ ਦੇ ਵਿੱਚ ਸਾਨੂੰ ਟਿਕਾਣਾ ਮਿਲ ਜਾਏ। ਤਾਂ ਸਾਧ ਸੰਗਤ ਜੀ ਜਿਹੜਾ ਆਪਣੇ ਸਰੀਰ ਦੀ ਭਗਤ ਵੀ ਕੁਰਬਾਨੀ ਦਿੰਦਾ, ਆਪਣੀਆਂ ਵਾਸ਼ਨਾਵਾਂ ਨੂੰ ਕੁਰਬਾਨ ਕਰ ਦਿੰਦਾ, ਭਗਤੀ ਰੱਜ ਰੱਜ ਕੇ ਕਰਦਾ, ਪਰ ਜ਼ਰੂਰੀ ਨਹੀਂ ਕਿ ਉਹਨੂੰ ਇਸੇ ਜਨਮ ਵਿੱਚ ਵਾਹਿਗੁਰੂ ਦਾ ਮਿਲਾਪ ਹੋ ਸਕੇ। ਪਰ ਸੂਰਮੇ ਬਾਬਤ ਐਸਾ ਜ਼ਿਕਰ ਆਇਆ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ, ਗੁਰਬਾਣੀ ਵਿੱਚ ਵੀ, ਕਿ ਸੂਰਮੇ ਨੂੰ ਜਦੋਂ ਸ਼ਹਾਦਤ ਪ੍ਰਾਪਤ ਕਰਦਾ ਤਾਂ ਉਹਨੂੰ ਪਰਮੇਸ਼ਰ ਦੀ ਗੋਦ, ਪਰਮੇਸ਼ਰ ਦੇ ਸਨੇਹ ਦਾ ਨਿੱਘ, ਵਾਹਿਗੁਰੂ ਦੇ ਸੀਨੇ ਦੀ ਪ੍ਰਾਪਤੀ ਅਵਸ਼ ਹੁੰਦੀ ਹੈ। ਡਾਕੋ ਹਰ ਰੰਗ ਲਾਗੋ ਇਸ ਜੁਗਮ ਹੈ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ, ਲਾਲ ਰੰਗ ਤਿਸਕਾ ਲੱਗਾ ਜਿਸਕੇ ਵਡਭਾਗਾ, ਮਹਿਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਇਸ ਤਰ੍ਹਾਂ ਸ਼ਹੀਦ ਪਰਮੇਸ਼ਰ ਦੀ ਗੋਦ ਵਿੱਚ ਵਾਹਿਗੁਰੂ ਦੇ ਸੀਨੇ ਨੂੰ ਲਾ ਕੇ ਉਸ ਵਾਹਿਗੁਰੂ ਦੀ ਗੋਦ ਵਿੱਚ ਵਿਰਾਜਦੇ ਹਨ। ਸੋ ਇਸ ਕਰਕੇ ਸ਼ਹਾਦਤ ਜਿਹੜੀ ਹੈ ਇਹ ਹਰੀ ਸਰੀ ਨੂੰ ਨਹੀਂ ਪ੍ਰਾਪਤ ਹੁੰਦੀ, ਔਰ ਜਿਨ੍ਹਾਂ ਨੂੰ ਪਵਿੱਤਰ ਕੁਰਬਾਨੀ ਦੀ ਦਾਤ ਮਿਲ ਜਾਂਦੀ ਹੈ ਉਹ ਧੰਨਤਾ ਦੇ ਯੋਗ ਆਪਣੇ ਸਤਿਗੁਰੂ ਦੇ ਪ੍ਰੀਤੀ ਰੂਪੀ ਗਲਵੱਕੜੀ ਦੇ ਵਿੱਚ ਹਮੇਸ਼ਾ ਹਮੇਸ਼ਾ ਲਈ ਵਾਹਿਗੁਰੂ ਉਹਨਾਂ ਨੂੰ ਆਪਣੀ ਪ੍ਰੀਤ ਰੂਪ ਗਲਵੱਕੜੀ ਵਿੱਚ ਲੈ ਕੇ ਆਪਣੇ ਵਿੱਚ ਅਭੇਦ ਕਰ ਲੈਂਦਾ।
ਉਹਨਾਂ ਦੀਆਂ ਅਰਦਾਸਾਂ ਵੀ ਮੇਰਾ ਪਰਮੇਸ਼ਰ ਇਸ ਤਰ੍ਹਾਂ ਪੂਰੀਆਂ ਕਰਦਾ ਹੈ। ਆਓ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਮਨ ਬਿਰਤੀ ਨੂੰ ਇਕਾਗਰ ਕਰਕੇ ਗੁਰ ਇਤਿਹਾਸ ਦੀ ਕਥਾ ਸੁਣੋ। ਇਹ ਗੁਰਸਿੱਖ ਹਨ ਭਾਈ ਗੜੀਅਲ ਔਰ ਭਾਈ ਮਥਰਾ। ਇਹ ਦੋ ਗੁਰਸਿੱਖਾਂ ਦਾ ਪ੍ਰਸੰਗ ਆ ਰਿਹਾ ਹੈ। ਵੇਖੋ ਇਹਨਾਂ ਦੀ ਕਿਤਨੀ ਕਠਿਨ ਕਿਰਤ ਹੈ ਔਰ ਕਿਤਨਾ ਇਹਨਾਂ ਦੇ ਮਨ ਵਿੱਚ ਪ੍ਰੇਮ ਹੈ, ਕਿਤਨੀ ਵੱਡੀ ਇਹਨਾਂ ਦੀ ਭਾਵਨਾ ਔਰ ਸੇਵਾ ਹੈ, ਜਿਸ ਤੋਂ ਸਤਿਗੁਰੂ ਮਹਾਰਾਜ ਜੀ ਇਹਨਾਂ ਉੱਤੇ ਮਹਾਨ ਬਖਸ਼ਿਸ਼ਾਂ ਕਰ ਰਹੇ ਹੈ। ਇਹ ਦੋ ਗੁਰਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆ ਰਹੇ ਹਨ, ਜਿਵੇਂ ਸਤਿਗੁਰੂ ਜੀ ਇਹਨਾਂ ਉੱਤੇ ਬਖਸ਼ਿਸ਼ਾਂ ਕਰਕੇ ਨਿਵਾਜ ਰਹੇ ਹਨ। ਉਹ ਕਥਾ ਬੜੀ ਸ਼ਰਧਾ ਭਾਵਨਾ ਨਾਲ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਗੜੀਅਲ ਅਰ ਮਥੁਰਾ ਦਾਸ। ਇੱਕ ਭਾਈ ਗੜੀਅਲ ਹੈ, ਛੇਵੇਂ ਪਾਤਸ਼ਾਹ ਜੀ ਦੇ ਸਿੱਖ ਹੋਏ ਭਾਈ ਗੜੀਆ ਜੀ। ਇਹ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਭਾਈ ਗੜੀਅਲ। ਇੱਕ ਭਾਈ ਗੜੀਅਲ ਹੈ, ਦੂਜਾ ਭਾਈ ਮਥੁਰਾ ਦਾਸ ਹੈ। ਇਹ ਦੋ ਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਹਨ। ਆਏ ਦਰਸ ਕੀਨੋ ਗੁਰ ਪਾਸ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਔਰ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਢੋਵਹਿ ਪੋਟ ਕਿਰਤ ਇਹ ਧਰੈ। ਸਾਧ ਸੰਗਤ ਜੀ, ਇਹ ਸਿੱਖਾਂ ਦੀ ਕਿਰਤ ਕੀ ਹੈ? ਇਹ ਦਸਾਂ ਨੌਂ ਦੀ ਕਿਰਤ ਬੜੀ ਕਠਿਨ ਕਰਦੇ ਹੈ, ਭਾਵ ਲੋਕਾਂ ਦੇ ਸਮਾਨ ਦੀਆਂ ਪੰਡਾਂ ਢੋਂਦੇ ਹੈ। ਜਿੱਥੇ ਵੀ ਕੋਈ ਕਿਸੇ ਨੇ ਆਪਣਾ ਸਮਾਨ ਲੈ ਕੇ ਜਾਣਾ ਹੈ, ਇਹ ਪੰਡ ਚੁੱਕ ਕੇ ਅਗਲੇ ਦੀ, ਤਾਂ ਜੋ ਵੀ ਸਾਡੇ ਸਮਾਨ ਹੁੰਦਾ ਅਗਲੇ ਦੇ ਘਰੇ, ਅਗਲੇ ਦੇ ਥਾਂ ਟਿਕਾਣੇ, ਜਿੱਥੇ ਕੋਈ ਦੱਸਦਾ ਉੱਥੇ ਛੱਡ ਕੇ ਆਉਂਦੇ। ਇਹ ਕਿਰਤ ਸੀ ਪੰਡਾਂ ਢੋ ਕੇ ਆਪਣੀ ਦਸਾਂ ਨਹੁੰ ਦੀ। ਬੜੀ ਕਠਿਨ ਕਿਰਤ, ਬਹੁਤ ਔਖੀ ਕਿਰਤ ਹੈ, ਬੜੀ ਔਖੀ ਕਿਰਤ ਕਰਿਆ ਕਰਦੇ ਸਨ। ਗੁਰ ਸਿੱਖੀ ਕੋ ਧਾਰਨ ਕਰੈ। ਔਰ ਗੁਰੂ ਕੀ ਸਿੱਖੀ ਇਹਨਾਂ ਨੇ ਧਾਰਨ ਕੀਤੀ ਹੋਈ ਹੈ, ਨਾਲ ਨਾਲ ਗੁਰਸਿੱਖੀ ਦੀ ਕਮਾਈ ਵੀ ਕਰਦੇ ਹਨ। ਬਨਤਾ ਜੁਤ ਸਿੱਖਨ ਜੇਵ ਸੇਵੈ। ਸੁਤ ਬਨਤਾ, ਪੁੱਤਰ ਸਮੇਤ, ਘਰ ਵਾਲੀ ਸਮੇਤ, ਜਿੰਨਾ ਵੀ ਸਾਰਾ ਪਰਿਵਾਰ ਹੈ, ਇਹਨਾਂ ਨੂੰ ਇਹਨਾਂ ਨੇ ਸ਼ੁਭ ਸਿੱਖਿਆ ਦੇਈ ਹੋਈ ਹੈ ਕਿ ਆਪਣੇ ਘਰ ਵਿੱਚ ਸਾਡੇ ਆਉਣ ਤੋਂ ਬਾਅਦ, ਭਾਵ ਜਦੋਂ ਅਸੀਂ ਕਿਤੇ ਕਿਰਤ ਵਿਰਤ ਵਿੱਚ ਚਲੇ ਜਾਈਏ, ਮਿਹਨਤ ਮਜ਼ਦੂਰੀ ਕਰਨ ਘਰੋਂ ਚਲੇ ਜਾਈਏ, ਮਗਰੋਂ ਕੋਈ ਵੀ ਗੁਰੂ ਕਾ ਸਿੱਖ ਘਰ ਵਿੱਚ ਆਏ, ਤਾਂ ਗੁਰੂ ਅਰਜਨ ਦੇਵ ਜੀ ਦਾ ਰੂਪ ਜਾਣ ਕੇ ਗੁਰਸਿੱਖਾਂ ਦੀ ਸੰਗਤ ਦੀ ਜਥਾ ਸ਼ਕਤ ਘਰ ਵਿੱਚ ਜਿੰਨੀ ਸਮਰੱਥਾ ਹੈ, ਜਿੰਨਾ ਕੁ ਬਲ ਪੈਂਦਾ ਹੈ, ਜਿੰਨਾ ਕੁ ਬਿੱਤ ਹੈ, ਉਸ ਅਨੁਸਾਰ ਸੇਵਾ ਕਰਨੀ ਹੈ। ਇਉਂ ਸਾਰਾ ਪਰਿਵਾਰ ਮਿਲ ਕੇ ਗੁਰਸਿੱਖਾਂ ਦੀ ਸੰਗਤ ਦੀ ਸੇਵਾ ਵੀ ਕਰਦਾ ਹੈ। ਜਥਾ ਸ਼ਕਤ ਭੋਜਨ ਪਟ ਦੇਵੈ। ਸ਼ਕਤੀ ਦਾ ਮਤਲਬ ਹੁੰਦਾ ਵੀ ਜਿੰਨੀ ਕੁ ਸਮਰੱਥਾ ਹੈ ਘਰ ਵਿੱਚ, ਬਿੱਤ ਦਾ ਅਰਥ ਹੁੰਦਾ ਜਿੰਨਾ ਕੁ ਧਨ ਹੋਣਾ, ਉਸ ਅਨੁਸਾਰ ਜਿੰਨੀ ਕੁ ਸਮਰੱਥਾ ਹੈ ਉਸ ਮੁਤਾਬਕ ਸਿੱਖਾਂ ਨੂੰ ਭੋਜਨ ਭਾਵ ਲੰਗਰ ਛਕਾਉਂਦੇ ਹੈ।
ਔਰ ਪਹਿਨਣ ਵਾਸਤੇ ਵਸਤਰ ਵੀ ਦਿੰਦੇ ਹਨ। ਨਿਜ ਕੁਟੰਬ ਸੋ ਕਹਿਓ ਬਣਾਈ, ਆਪਣੇ ਪਰਿਵਾਰ ਨੂੰ ਇਹਨਾਂ ਨੇ ਚੰਗੀ ਤਰ੍ਹਾਂ ਇਹ ਗੱਲ ਸਮਝਾਈ ਹੋਈ ਹੈ, ਆਪਣੇ ਬੱਚਿਆਂ ਨੂੰ ਘਰ ਵਾਲੀ ਨੂੰ ਇਹ ਸਿੱਖਿਆ ਦਿੱਤੀ ਹੋਈ ਹੈ। ਹਮ ਪਿੱਛੇ ਜੇ ਕੋ ਸਿੱਖ ਆਈ, ਤੇ ਜਦੋਂ ਤਾਂ ਅਸੀਂ ਘਰ ਵਿੱਚ ਹਾਂ ਉਦੋਂ ਤਾਂ ਸੇਵਾ ਅਸੀਂ ਕਰਨੀ ਕਰਨੀ ਹੈ, ਪਰ ਸਾਡੇ ਗਿਆਨ ਤੋਂ ਬਾਅਦ ਇਹ ਗੁਰੂ ਕੇ ਸਿੱਖ ਦਾ ਘਰ ਹੈ, ਜਿਹੜਾ ਸਿੱਖ ਦਾ ਘਰ ਹੈ ਗੁਰੂ ਦਾ ਘਰ ਹੈ। ਇਸ ਕਰਕੇ ਜਿਹੜਾ ਵੀ ਕੋਈ ਸਿੱਖ ਗੁਰਸਿੱਖ ਦਾ ਘਰ ਜਾਣ ਕੇ, ਆਪਣੇ ਗੁਰੂ ਦੇ ਪਿਆਰਿਆਂ ਦਾ ਆਸਰਾ ਜਾਣ ਕੇ, ਆਪਣੇ ਇਸ ਘਰ ਵਿੱਚ ਜੇ ਵੀ ਕੋਈ ਸਿੱਖ ਆਵੇ, ਜਿਮ ਹਮ ਸੇਵਾ ਤਿਮ ਤੁਮ ਸੇਵਾ, ਜਿਵੇਂ ਅਸੀਂ ਸੇਵਾ ਕਰਦੇ ਹਾਂ ਉਵੇਂ ਤੁਸੀਂ ਸੇਵਾ ਕਰਨੀ ਹੈ, ਭਾਵਨਾ ਨਾਲ, ਸ਼ਰਧਾ ਨਾਲ, ਪ੍ਰੇਮ ਨਾਲ। ਭੋਜਨ ਬਸਨ ਦੇਖ ਕਰ ਦੇਵੋ, ਜੇ ਪ੍ਰਸ਼ਾਦਾ ਛਕਾਉਣ ਦਾ ਸਮਾਂ ਤਾਂ ਪ੍ਰਸ਼ਾਦਾ ਛਕਾਉਣਾ ਹੈ, ਜਲ ਪਾਣੀ ਦੇ ਸਮੇਂ ਜਲ ਪਾਣੀ, ਵਸਤਰਾਂ ਦੀ ਲੋੜ ਹੈ ਵਸਤਰ ਵੀ ਦੇਣੇ ਹਨ। ਤਬ ਸਿੱਖਨ ਗਨ ਗੁਰ ਕੇ ਪਾਸ, ਜੋ ਸਾਧ ਸੰਗਤ ਦੀ ਦਸ਼ਾ ਨਾ ਹੁੰਦੀ, ਬੜੀ ਕਠਿਨ ਕਿਰਤ ਵੀ ਕਰਦੇ ਹੈ ਪਰ ਸੇਵਾ ਵੀ ਕਰਦੇ ਹੈ, ਔਰ ਸਾਰਾ ਪਰਿਵਾਰ ਹੀ ਸੇਵਾ ਨੂੰ ਸਮਰਪਿਤ ਹੈ, ਸੇਵਾ ਵਿੱਚ ਲੱਗਾ ਹੋਇਆ ਹੈ। ਇਹਨਾਂ ਦੀ ਸੇਵਾ ਦੀ ਮਹਿਮਾ ਕੁਝ ਸਿੱਖਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਸ ਆ ਕੇ ਦੱਸੀ ਕਿ ਮਹਾਰਾਜ ਫਲਾਨੇ ਨਗਰ ਵਿੱਚ ਦੋ ਸਿੱਖ ਹਨ, ਉਹਨਾਂ ਦੇ ਬੱਚਿਆਂ ਤੱਕ ਸਾਰਾ ਪਰਿਵਾਰ ਸਿੱਖਾਂ ਦੀ ਬੜੀ ਚਾਅ ਨਾਲ, ਬੜੇ ਉਤਸ਼ਾਹ ਨਾਲ, ਬੜੀ ਪ੍ਰਸੰਨਤਾ ਨਾਲ ਘਰ ਵਿੱਚ ਗਏ ਸਿੱਖਾਂ ਦੀ ਸੇਵਾ ਕਰਦਾ ਹੈ। ਜਿਹੜੀ ਸਾਧ ਸੰਗਤ ਜੀ ਮਹਿਮਾ ਦੀ ਖੁਸ਼ਬੋ ਸੁਗੰਧੀ ਹੁੰਦੀ ਹੈ ਨਾ, ਇਹ ਦੁਨੀਆਂ ਵਿੱਚ ਫੈਲ ਵੀ ਜਾਂਦੀ ਹੈ ਔਰ ਸਦਾ ਹੀ ਰਹਿੰਦੀ ਹੈ। ਕਿਸੇ ਮਨੁੱਖ ਦਾ ਚੰਗਾ ਜਸ ਦੁਨੀਆਂ ਵਿੱਚ ਚਿਰ ਸਥਾਈ ਰਹੇਗਾ, ਇਸ ਕਰਕੇ ਇਹਨਾਂ ਦੀ ਮਹਿਮਾ ਬੜੀ ਦੂਰ ਦੂਰ ਤੱਕ ਫੈਲ ਗਈ। ਜਿਹੜਾ ਵੀ ਸਿੱਖ ਆਉਂਦਾ ਘਰੋਂ ਪ੍ਰਸ਼ਾਦਾ ਛੱਕ ਕੇ ਜਾਂਦਾ, ਅੱਗੇ ਦਸਾਂ ਨੂੰ ਦੱਸਦਾ ਕਿ ਸਤਿਗੁਰੂ ਜੀ ਦੇ ਇੰਨੇ ਪ੍ਰੇਮੀ ਸਿੱਖ ਪਰਿਵਾਰ ਹਨ, ਗੁਰੂ ਕਾ ਰੂਪ ਜਾਣ ਕੇ ਸੰਗਤ ਦੀ ਸੇਵਾ ਕਰਦੇ ਹੈ। ਇਉਂ ਇਹਨਾਂ ਦੀ ਸੇਵਾ ਦਾ ਜਿਹੜਾ ਜ਼ਿਕਰ ਸੀ ਨਾ ਸਾਧ ਸੰਗਤ ਜੀ, ਕੁਝ ਸਿੱਖਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸਾਰੀ ਬੇਨਤੀ ਕੀਤੀ, ਇਹਨਾਂ ਦੀ ਸੇਵਾ ਦਾ, ਇਹਨਾਂ ਦੀ ਭਾਵਨਾ ਦਾ, ਇਹਨਾਂ ਦੀ ਸ਼ਰਧਾ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਕੀਤਾ। ਦੋਨੋਂ ਕੋ ਕੀਅਸ ਜਸ ਪ੍ਰਕਾਸ਼, ਦੋਨਾਂ ਦਾ ਜਸ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਸ ਪ੍ਰਗਟ ਕੀਤਾ, ਮਹਾਰਾਜ ਤੁਹਾਡੇ ਐਸੇ ਮਹਾਨ ਸਿੱਖ ਹਨ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ। ਸੇਵਾ ਕੇ ਰੰਗ ਮਹਿ ਇਹ ਰਾਤੇ, ਇਹ ਸੇਵਾ ਦੇ ਰੰਗ ਵਿੱਚ ਰੱਤੇ ਹੋਏ ਹਨ ਹਮੇਸ਼ਾ ਵਾਸਤੇ, ਸੇਵਾ ਦਾ ਰੰਗ ਇਹਨਾਂ ਨੂੰ ਚੜਿਆ ਹੋਇਆ ਹੈ। ਤੁਮ ਸਮ ਲਖ ਜੋ ਸਿੱਖ ਘਰ ਜਾਤੇ, ਜਿਹੜਾ ਵੀ ਇਹਨਾਂ ਦੇ ਘਰ ਵਿੱਚ ਸਿੱਖ ਜਾਂਦਾ ਉਹਨੂੰ ਤੁਹਾਡਾ ਰੂਪ ਸਮਝ ਕੇ ਸੇਵਾ ਕਰਦੇ ਹੈ। ਸੁਣ ਬਹੁ ਖੁਸ਼ੀ ਕੀਨ ਤਿਸ ਕਾਲ, ਸਤਿਗੁਰੂ ਜੀ ਨੇ ਇਹਨਾਂ ਦੀ ਸੇਵਾ ਨੂੰ ਸੁਣ ਕੇ ਨਾ, ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ, ਸਤਿਗੁਰੂ ਜੀ ਨੇ ਆਪਣੇ ਪਾਸ ਬੁਲਾਇਆ, ਪਾਸ ਬੁਲਾ ਕੇ ਸਿਰ ਉੱਤੇ ਹੱਥ ਰੱਖਿਆ ਦੋਨਾਂ ਦੇ, ਬਹੁਤ ਖੁਸ਼ੀਆਂ ਬਖਸ਼ੀਆਂ, ਬਹੁਤ ਪ੍ਰਸੰਨਤਾ ਇਹਨਾਂ ਨੂੰ ਸਤਿਗੁਰੂ ਜੀ ਨੇ ਦੇਣਾ ਕੀਤੀ। ਜਨਮ ਮਰਨ ਤਜ ਭਏ ਨਿਹਾਲ, ਮਹਾਰਾਜ ਕਹਿੰਦੇ ਤੁਹਾਡਾ ਭਾਈ ਜੰਮਣ ਮਰਨ ਕੱਟਿਆ ਗਿਆ, ਤੁਸੀਂ ਸਾਡਾ ਰੂਪ ਜਾਣ ਕੇ ਸੰਗਤ ਦੀ ਸੇਵਾ ਕੀਤੀ, ਆਏ ਗੁਰਸਿੱਖਾਂ ਦਾ ਘਰ ਵਿੱਚ ਸਨਮਾਨ ਕੀਤਾ,
ਔਰ ਦਸਾਂ ਨੌਂ ਦੀ ਕਠਨ ਕਿਰਤ ਕਰਕੇ ਸੇਵਾ ਕੀਤੀ ਹੈ। ਇਸ ਕਰਕੇ ਤੁਹਾਡੀ ਸੇਵਾ ਤੇ ਸੰਗਤਾਂ ਵੀ ਬਹੁਤ ਪ੍ਰਸੰਨ ਹਨ। ਦਸਮ ਪਾਤਸ਼ਾਹ ਜੀ ਦੇ ਵੀ ਬਚਨ ਹਨ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਗੁਰੂ ਕੇ ਸਿੱਖ, ਗੁਰੂ ਕਾ ਖਾਲਸਾ ਸਾਡਾ ਰੂਪ ਹੈ। ਜਿਹੜਾ ਸਿੱਖ ਭਾਈ ਗੁਰਸਿੱਖਾਂ ਨੂੰ ਗੁਰੂ ਦਾ ਰੂਪ ਜਾਣ ਕੇ ਸੇਵਾ ਕਰਦਾ, ਉਹਨਾਂ ਉੱਤੇ ਗੁਰੂ ਸਾਹਿਬ ਜੀ ਦੀਆਂ ਅਪਾਰ ਖੁਸ਼ੀਆਂ ਹੁੰਦੀਆਂ, ਅਪਾਰ ਕਿਰਪਾ ਹੁੰਦੀ ਹੈ, ਮਿਹਰ ਹੁੰਦੀ ਹੈ। ਔਰ ਦੇਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੈਸੀ ਕਿਰਪਾ ਕੀਤੀ ਹੈ, ਗੁਰਸਿੱਖਾਂ ਦੀ ਸੰਗਤ ਦੀ ਸੇਵਾ ਕਰਨ ਕਰਕੇ ਸਾਹਿਬ ਇੰਨੇ ਪ੍ਰਸੰਨ ਹੋਏ, ਇਹਨਾਂ ਦਾ ਜੰਮਣ ਮਰਨੀ ਕੱਟ ਦਿੱਤਾ ਸਤਿਗੁਰਾਂ ਨੇ। ਸਕਲ ਸ਼ਕਤ ਜੁਤ ਤਤ ਸ਼ਿਨ ਭਏ, ਸਤਿਗੁਰੂ ਜੀ ਨੇ ਨੌ ਨਿਧੀਆਂ 18 ਸਿੱਧੀਆਂ ਦੀਆਂ ਸਾਰੀਆਂ ਸ਼ਕਤੀਆਂ ਇਹਨਾਂ ਨੂੰ ਬਖਸ਼ ਦਿੱਤੀਆਂ। ਸ਼ਕਤੀਆਂ ਕਰਕੇ ਵੀ ਜਿਹੜੀਆਂ ਦੈਵੀ ਬਰਕਤਾਂ ਹਨ, ਮਹਾਰਾਜ ਜੀ ਦੀਆਂ ਦੈਵੀ ਸ਼ਕਤੀਆਂ ਹਨ, ਇਹ ਸਾਰੀਆਂ ਰਿੱਧਾਂ ਸਿੱਧਾਂ ਦੀਆਂ ਜਿੰਨੀਆਂ ਕਰਾਮਾਤ ਰੂਪ ਸ਼ਕਤੀਆਂ ਹਨ, ਉਹ ਸਾਰੀਆਂ ਇਹਨਾਂ ਨੂੰ ਸਤਿਗੁਰੂ ਜੀ ਨੇ ਬਖਸ਼ ਦਿੱਤੀਆਂ। ਸਿਰ 'ਤੇ ਹੱਥ ਰੱਖਦਿਆਂ ਸਾਰੀ ਤਤ ਛਿਨ, ਇੱਕ ਛਿਨ ਵਿੱਚ ਹੀ ਸ਼ਕਤੀ ਦੇ ਸਹਿਤ ਸ਼ਕਤੀ ਸੰਪੰਨ ਹੋ ਗਏ, ਉਹ ਬਰਕਤਾਂ ਵੀ ਮਹਾਰਾਜ ਜੀ ਨੇ ਬਖਸ਼ ਦਿੱਤੀਆਂ, ਸੰਸਾਰ ਦੇ ਸੁੱਖ ਸਾਰੇ ਨਾਲ ਹੀ ਦੇ ਦਿੱਤੇ। ਅੰਤ ਪਰਮ ਪਦ ਸੋ ਮਿਲ ਗਏ, ਔਰ ਅੰਤ ਨੂੰ ਪਰਮ ਪਦਵੀ ਬ੍ਰਹਮ ਗਿਆਨ ਦੀ ਦਾਤ, ਗੁਰੂ ਨਾਲ ਇਕਮਿਕਤਾ ਜਿਹੜੀ ਹੋਣੀ ਹੈ। ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਹਿੰਗੇ, ਹਾਂ ਤੁਮਰੀ ਕਰੋ ਨਿਤਾਸ, ਪ੍ਰਭ ਮੋਹਿ ਕਬ ਗਲ ਲਾਵਹਿੰਗੇ। ਗਲ ਨਾਲ ਲਾ ਲਿਆ, ਪਰਮ ਪਦਵੀ ਮੁਕਤੀ ਦਾ ਦਾਨ ਬਖਸ਼ ਦਿੱਤਾ। ਗੰਗਾ ਸਹਿਗਲ ਜੋਦਾ ਮਹਾ, ਇੱਥੋਂ ਤੱਕ ਭਾਈ ਗੜੀਅਲ ਮਥੁਰਾ ਦਾਸ ਦਾ ਪ੍ਰਸੰਗ ਪੂਰਾ ਹੋਇਆ। ਅੱਗੇ ਅਗਲਾ ਪ੍ਰਸੰਗ ਸਾਧ ਸਿੰਘ ਜੀ, ਭਾਈ ਗੰਗਾ ਸਹਿਗਲ ਜਾਤੀ ਦਾ ਬੜਾ ਭਾਰੀ ਸੂਰਮਾ ਸੀ, ਉਹਨਾਂ ਦੀ ਕਥਾ ਸ਼ੁਰੂ ਹੋ ਰਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਗੰਗਾ ਨਾਮ ਦਾ ਸਿੱਖ ਸਹਿਗਲ ਜਾਤੀ ਵਿੱਚੋਂ ਬੜਾ ਭਾਰੀ ਸੂਰਮਾ ਹੈ, ਯੋਧਾ ਹੈ, ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਰਹੇ ਹਨ। ਆਇਓ ਸ਼੍ਰੀ ਅਰਜਨ ਜੀ ਜਹਾਂ, ਸ਼੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ। ਬੰਦਨ ਕਰ ਬੈਠਿਓ ਜਬ ਪਾਸ, ਜਦੋਂ ਮੱਥਾ ਟੇਕ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਗਿਆ। ਸ਼੍ਰੀ ਮੁਖ ਤੇ ਤਬ ਕੀਨ ਪ੍ਰਕਾਸ਼, ਪਵਿੱਤਰ ਮੁਖਾਰ ਬਿੰਦ ਤੋਂ ਭਾਈ ਗੰਗਾ ਸਹਿਗਲ ਨੂੰ ਸਤਿਗੁਰੂ ਜੀ ਨੇ ਬਚਨ ਕਹੇ ਆਪਣੀ ਪਾਵਨ ਰਸਨਾ ਤੋਂ। ਤੁਮ ਮਲੇਸ਼ ਕੇ ਚਾਕਰ ਅਹੋ, ਮਹਾਰਾਜ ਜੀ ਨੇ ਵੇਖਿਆ ਕਿ ਤੁਰਕਾਂ ਦੀ ਨੌਕਰੀ ਕਰਦਾ, ਤੁਰਕਾਂ ਦੀ ਫੌਜ ਵਿੱਚ ਸ਼ਸਤਰਧਾਰੀ ਬਣ ਕੇ, ਸੂਰਮਾ ਬਣ ਕੇ ਉਹਨਾਂ ਦੀ ਚਾਕਰੀ ਕਰਦਾ। ਸਤਿਗੁਰੂ ਜੀ ਕਹਿਣ ਲੱਗੇ, ਤੁਸੀਂ ਮਲੇਸ਼ਾਂ ਦੀ ਚਾਕਰੀ ਨੌਕਰੀ ਕਰਦੇ ਹੋ, ਮਲੇਸ਼ਾਂ ਦੀ ਫੌਜ ਵਿੱਚ ਰਹਿ ਕੇ ਤੂੰ ਉਹਨਾਂ ਦੇ ਪਹਿਰਾ ਦੰਨਾ, ਨੌਕਰੀ ਚਾਕਰੀ ਉਹਨਾਂ ਦੀ ਫੌਜ ਵਿੱਚ ਕਰਦਾ ਹੈ, ਇਹ ਕੁਛ ਭਲੀ ਬਾਤ ਨਾ ਲਹੋ, ਇਹ ਚੰਗੀ ਗੱਲ ਨਹੀਂ ਤੇਰੇ ਵਾਸਤੇ ਕਿ ਤੁਰਕਾਂ ਦੀ ਮਲੇਛਾਂ ਦੀ ਮਾਲਿਸ਼ ਦੀ ਮਲੇਛਾ, ਪਾਪ ਕਰਨ ਵਿੱਚ ਜਿਨ੍ਹਾਂ ਦਾ ਮਨ ਅੱਠੇ ਪੈਰ ਰਹਿੰਦਾ, ਜ਼ੋਰ ਜ਼ਬਰੀ ਜ਼ੁਲਮ ਕਰਨਾ, ਉਹਨਾਂ ਦੀ ਨੌਕਰੀ ਕਰਨੀ ਕੋਈ ਚੰਗੀ ਗੱਲ ਨਹੀਂ ਹੈ ਤੇਰੇ ਵਾਸਤੇ। ਜੇ ਤੁਮ ਕਹੋ ਜੀਵ ਕਾ ਨਾਹੀ, ਉਹਦੇ ਕਹਿਣ ਤੋਂ ਪਹਿਲਾਂ ਹੀ ਸਤਿਗੁਰੂ ਜੀ ਨੇ ਅਗਲਾ ਸਵਾਲ ਕਰ ਦਿੱਤਾ ਕਿ ਜੇਕਰ ਤੂੰ ਕਹੇ ਵੀ ਮਹਾਰਾਜ ਮੇਰਾ ਗੁਜ਼ਾਰਾ ਨਹੀਂ ਹੁੰਦਾ, ਤੁਰਕਾਂ ਦੀ ਨੌਕਰੀ ਚਾਕਰੀ ਤਾਂ ਕਰਨੀ ਪੈਣੀ ਆ, ਉਹਨਾਂ ਦੀ ਫੌਜ ਵਿੱਚ ਰਹਿ ਕੇ
ਗੁਜ਼ਾਰਾ ਨਹੀਂ ਚੱਲ ਸਕਦਾ, ਗੁਜ਼ਾਰਾ ਨਹੀਂ ਪਰਿਵਾਰ ਦਾ ਹੋਣਾ। ਰਹੀਐ ਸ਼੍ਰੀ ਹਰਗੋਬਿੰਦ ਪਾਹੀ। ਮਹਾਰਾਜ ਕਹਿੰਦੇ ਥੋੜੇ ਸਮੇਂ ਬਾਅਦ ਛੇਵੇਂ ਪਾਤਸ਼ਾਹ ਛੇਵੇਂ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰਧਾਰੀ ਸੂਰਬੀਰ ਯੋਧੇ ਸਿੱਖਾਂ ਦੀ ਫੌਜ ਤਿਆਰ ਕਰਨਗੇ। ਤੁਸੀਂ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਰਹਿਣਾ। ਹੋਏ ਸਗਰੇ ਪਰਿਵਾਰ ਗੁਜ਼ਾਰਾ। ਇਸ ਕਰਕੇ ਤੁਰਕਾਂ ਦੀ ਨੌਕਰੀ ਛੱਡ ਦੇ। ਛੇਵੇਂ ਪਾਤਸ਼ਾਹ ਜੀ ਜਦੋਂ ਸਿੱਖ ਯੋਧਿਆਂ ਦੀ ਫੌਜ ਤਿਆਰ ਕਰਕੇ ਭਰਤੀ ਕਰਨਗੇ, ਉਦੋਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਫੌਜ ਵਿੱਚ ਤੂੰ ਭਰਤੀ ਹੋਈ ਔਰ ਮਹਾਰਾਜ ਤੈਨੂੰ ਤੁਰਕਾਂ ਨਾਲੋਂ ਵੱਧ ਤਨਖਾਹ ਰੋਜ਼ੀਨਾ ਦਿਆ ਕਰਨਗੇ, ਜਿਸ ਨਾਲ ਤਮਾਮ ਤੇਰੇ ਪਰਿਵਾਰ ਦਾ ਬੜਾ ਵਧੀਆ ਗੁਜ਼ਾਰਾ ਹੋਇਆ ਕਰੇਗਾ। ਔਰ ਸਿਮਰੋ ਸਤਨਾਮ ਸੰਭਾਰਾ। ਔਰ ਵਾਹਿਗੁਰੂ ਦੇ ਨਾਮ ਦੀ ਸੰਭਾਲ ਕਰਨੀ ਹੈ, ਸਵਾਸਾਂ ਦੇ ਸਮੇਂ ਨੂੰ ਕਦੇ ਅਜਾਈ ਨਹੀਂ ਜਾਣ ਦੇਣਾ। ਸਾਧ ਸੰਗਤ ਜੀ, ਜਿਹੜਾ ਜੀਵਨ ਵਿੱਚ ਇਹ ਵਾਹਿਗੁਰੂ ਨੇ ਸਵਾਸਾਂ ਦਾ ਸਾਨੂੰ ਸਮਾਂ ਦਿੱਤਾ ਨਾ, ਇਹਦੀ ਕਦਰ ਨਹੀਂ ਹੈ ਸਾਡੇ ਮਨ ਵਿੱਚ। ਇਹ ਬੇਸ਼ਕੀਮਤੀ ਮਨੁੱਖਾ ਜੀਵਨ ਦੀ ਦਾਤ ਮਿਲੀ ਹੈ ਔਰ ਬੇਸ਼ਕੀਮਤ ਸਾਨੂੰ ਸਵਾਸਾਂ ਨੂੰ ਭੋਗਣ ਦਾ ਸਮਾਂ ਮਿਲਿਆ। ਜੇ ਆਪਾਂ 24 ਘੰਟੇ ਵਾਹਿਗੁਰੂ ਦਾ ਨਾਮ ਨਹੀਂ ਜਪ ਸਕਦੇ, ਸੰਗਤ ਨਹੀਂ ਕਰ ਸਕਦੇ, ਸੇਵਾ ਨਹੀਂ ਕਰ ਸਕਦੇ, ਤਾਂ 24 ਘੰਟਿਆਂ ਵਿੱਚੋਂ ਥੋੜ੍ਹਾ ਥੋੜ੍ਹਾ ਸਮਾਂ ਨਿਤਨੇਮ ਲਈ, ਨਾਮ ਜਪਣ ਲਈ, ਸੇਵਾ ਕਰਨ ਲਈ, ਸੰਗਤ ਲਈ ਜ਼ਰੂਰ ਹਰ ਮਾਈ ਭਾਈ ਨੂੰ ਕੱਢਣਾ ਚਾਹੀਦਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਚੌਂਕੜਾ ਮਾਰ ਕੇ ਇਕਾਗਰ ਚਿੱਤ ਬੈਠ ਕੇ ਨਿਤਨੇਮ ਕਰੋ, ਮੂਲ ਮੰਤਰ ਵਾਹਿਗੁਰੂ ਮੰਤਰ ਦਾ ਸਿਮਰਨ ਕਰੋ, ਗੁਰੂ ਘਰ ਜਾ ਕੇ ਸਤਿਗੁਰੂ ਦੇ ਦਰਸ਼ਨ ਕਰੋ, ਮੱਥਾ ਟੇਕੋ, ਹਾਜ਼ਰੀ ਭਰੋ, ਸੰਗਤ ਕਰੋ, ਸੇਵਾ ਵੀ ਕਰੋ, ਫਿਰ ਘਰ ਦੇ ਕੰਮ ਕਾਰ ਵੀ ਕਰੋ, ਸ਼ਾਮ ਨੂੰ ਵੀ ਦਰਸ਼ਨ, ਸੰਗਤ ਅਤੇ ਨਾਮ। ਜੇ ਥੋੜ੍ਹਾ ਥੋੜ੍ਹਾ ਸਮਾਂ ਵੀ ਸੰਭਾਲਣ ਲੱਗ ਜਾਈਏ ਨਾ, ਤਾਂ ਸਾਡੇ 24 ਘੰਟੇ ਕੀ ਸਾਡੀ ਮਨੁੱਖੀ ਜ਼ਿੰਦਗੀ ਦਾ ਬਹੁਤ ਸਮਾਂ ਸਾਡਾ ਸਫਲ ਹੋ ਸਕਦਾ। ਸਮਾਂ ਸੰਭਾਲਣਾ ਬੜਾ ਜ਼ਰੂਰੀ ਹੈ, ਅਣਗਹਿਲੀ ਕਰਕੇ ਨਹੀਂ ਸਮਾਂ ਸੰਭਾਲਿਆ ਜਾਂਦਾ। ਜੇ ਧਿਆਨ ਦੇਣ ਲੱਗ ਜਾਈਏ, ਹੁਣ ਕਿਰਤ ਵਿਰਤ ਕਰ ਰਹੇ ਹੋ, ਜਵਾਨ ਤਾਂ ਵਿਹਲੀ ਹੈ ਨਾ, ਜਵਾਨ ਤਾਂ ਨਹੀਂ ਨਾ ਕੰਮ ਕਰਦੀ। ਜਵਾਨ ਨਾਲ ਵਾਹਿਗੁਰੂ 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 ਦਾ ਨਾਮ ਜਪੋ, ਮੂਲ ਮੰਤਰ ਦਾ ਜਾਪ ਕਰੋ, ਗੁਰਬਾਣੀ ਦਾ ਪਾਠ ਕਰੋ। ਇਸ ਕਰਕੇ ਸਮੇਂ ਦੀ ਸੰਭਾਲ, ਸਤਿਗੁਰੂ ਜੀ ਨੇ ਵੀ ਇੱਥੇ ਕਿਹਾ, ਔਰ ਸਿਮਰੋ ਸਤਨਾਮ ਸੰਭਾਰਾ, ਸਿਮਰਨ ਕਰੋ ਸੱਚੇ ਪਾਤਸ਼ਾਹ ਵਾਹਿਗੁਰੂ ਦਾ। ਸਮੇਂ ਦੀ ਸਵਾਸਾਂ ਦੀ ਸੰਭਾਲ ਕਰੋ। ਇਸ ਕਰਕੇ ਜੇ ਥੋੜ੍ਹਾ ਥੋੜ੍ਹਾ ਸਮਾਂ, ਕਬੀਰੇ ਕਰੀ ਆਧੀ ਕਰੀ, ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕਿੰਨੇ ਸੋ ਲਾਭ, ਸੰਗਤ ਦੇ ਵਿੱਚ ਥੋੜ੍ਹੇ ਤੋਂ ਥੋੜ੍ਹਾ ਸਮਾਂ ਬੈਠਣਾ, ਭਗਤੀ ਭਾਵਨਾ ਵਾਲੀ ਵਿਚਾਰ ਕਰਨੀ ਸੁਣਨੀ, ਉਸ ਦਾ ਵੀ ਵੱਡਾ ਲਾਭ ਹੈ, ਵੱਡਾ ਪੁੰਨ ਹੈ, ਵੱਡਾ ਫਲ ਹੈ। ਇਸ ਕਰਕੇ ਮਹਾਰਾਜ ਇੱਥੇ ਵੀ ਕਹਿ ਰਹੇ ਆ, ਭਾਈ ਸਿਮਰਨ ਲਈ ਥੋੜ੍ਹਾ ਥੋੜ੍ਹਾ ਸਮਾਂ ਜ਼ਰੂਰ ਸੰਭਾਲਣਾ, ਇਹ ਸਮੇਂ ਨੂੰ ਅਜਾਈ ਨਹੀਂ ਜਾਣ ਦੇਣਾ। ਸਮੇਂ ਦੀ ਸੰਭਾਲ ਕਰਦਿਆਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਹੈ। ਦੁਨੀਆ ਕੇ ਕਾਰਜ ਹੋਏ ਪੂਰੇ। ਜਿਹੜਾ ਵਿਅਕਤੀ ਪਰਮੇਸ਼ਰ ਦਾ ਨਾਮ ਜਪਦਾ ਹੈ, ਉਹਦੇ ਦੁਨੀਆ ਦੇ ਸਾਰੇ ਕਾਰਜ ਹੀ ਪੂਰੇ ਹੋ ਜਾਂਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲੋਂ
ਵੱਡਾ ਧੀਰਜ, ਵੱਡਾ ਹੌਸਲਾ, ਵੱਡੀ ਕਿਰਪਾ ਸਾਨੂੰ ਕੌਣ ਕਰ ਸਕਦਾ ਹੈ ਸਾਡੇ ਉੱਤੇ? ਸਤਿਗੁਰੂ ਜੀ ਫਰਮਾਨ ਕਰਦੇ, ਨਿਸਦਿਨ ਜੋ ਨਾਨਕ ਭਜੈ, ਨਿਸਦਿਨ ਜੋ ਨਾਨਕ ਭਜੈ ਸਫਲ ਹੋਏ ਤਿਹ ਕਾਮ। ਰਾਤ ਦਿਨ ਜਿਹੜਾ ਪਰਮੇਸ਼ੁਰ ਦੇ ਨਾਮ ਦਾ ਭਜਨ ਕਰਦਾ ਨਾ, ਉਹਨਾਂ ਦੇ ਸਾਰੇ ਕਾਰਜ ਦੁਨੀਆਂ ਦੇ ਵੀ ਪੂਰੇ ਹੋ ਜਾਂਦੇ ਹਨ। ਇੱਥੇ ਸਾਹਿਬ ਜੀ ਵੀ ਕਹਿ ਰਹੇ ਧੰਨ ਗੁਰੂ ਅਰਜਨ ਦੇਵ ਜੀ ਕਿ ਨਾਮ ਜਪਣ ਵਾਲਿਆਂ ਦੇ ਦੁਨੀਆਂ ਦੇ ਵੀ ਸਾਰੇ ਕਾਰਜ ਪੂਰੇ ਹੋ ਜਾਂਦੇ ਐ। ਦੀਨ ਬਿਖੈ ਉਜਲ ਮੁਖ ਰੂਰੇ, ਪਰਲੋਕ ਦੇ ਵਿੱਚ ਵੀ ਉਹਨਾਂ ਦਾ ਮੁਖ ਉਜਲ ਹੋ ਜਾਂਦਾ ਹੈ। ਰੂਰੇ ਦਾ ਅਰਥ ਹੈ ਸੁੰਦਰ। ਵਾਹਿਗੁਰੂ ਦੀ ਦਰਗਾਹ ਵਿੱਚ ਧਰਮ ਦੇ ਦਰ ਤੇ, ਪਰਮੇਸ਼ਰ ਦੇ ਦਰ ਤੇ ਵੀ ਉਹਨਾਂ ਦਾ ਮਸਤਕ ਉਜਲ ਹੁੰਦਾ ਹੈ। ਪਾਪ ਉਹਨਾਂ ਦੇ ਪਾਪਾਂ ਦੀ ਕਾਲਖ, ਪਾਪਾਂ ਦੇ ਜਿਹੜੇ ਲੇਖ ਆ ਉਹ ਸਾਰੇ ਧੋਤੇ ਜਾਂਦੇ ਆ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਮੁਖ ਉਜਲ ਹੋ ਜਾਣਾ, ਸ਼ੁੱਧ ਹੋ ਜਾਣਾ, ਪਵਿੱਤਰ ਹੋ ਜਾਣਾ, ਇਸ ਕਰਕੇ ਉਹਨਾਂ ਦਾ ਮੁਖ ਉਜਲ ਹੋ ਜਾਂਦਾ ਹੈ ਜਿਹੜੇ ਮੁਖ ਨਾਲ ਵਾਹਿਗੁਰੂ ਪਰਮੇਸ਼ਰ ਦੇ ਰੂਰੇ ਸੁੰਦਰ ਨਾਮ ਦਾ ਉਚਾਰਨ ਕਰਦੇ ਐ। ਸੁਣ ਗੰਗਾ ਸਹਿਗਲ ਹਰਖਾਇਓ, ਸੁਣ ਕੇ ਭਾਈ ਗੰਗਾ ਸਹਿਗਲ ਹਰਖਾਇਆ ਬਹੁਤ ਪ੍ਰਸੰਨ ਹੋਇਆ। ਦੋਹੋਂ ਲੋਕ ਮਹਿਗੁਰ ਅਪਣਾਇਓ, ਦੋਨੋਂ ਲੋਕਾਂ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਗੁਰੂ ਮੰਨ ਕੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਗਏ ਐ। ਇਸ ਤੇ ਅਪਰਨ ਆਸ਼ੀ ਬਾਤ, ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਸ ਨਾਲੋਂ ਹੋਰ ਚੰਗੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਰਹਿਤ ਭਇਓ ਸੂਰਾ ਬਖਿਆਤ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੂਰਮਿਆਂ ਦੀ ਫੌਜ, ਯੋਧਿਆਂ ਦੀ ਫੌਜ ਭਰਤੀ ਕੀਤੀ ਤਾਂ ਧੰਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਇਹ ਸੂਰਮਾ ਭਾਈ ਗੰਗਾ ਸਹਿਗਲ ਰਿਹਾ ਸੇਵਾ ਵਿੱਚ। ਜਪ ਰਣ ਰਚ ਸ੍ਰੀ ਹਰਗੋਬਿੰਦ, ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਯੁੱਧ ਕੀਤੇ, ਪਹਿਲਾਂ ਅੰਮ੍ਰਿਤਸਰ ਸਾਹਿਬ ਦਾ, ਹਰਗੋਬਿੰਦਪੁਰ ਸਾਹਿਬ ਦਾ, ਕਰਤਾਰਪੁਰ ਸਾਹਿਬ ਦਾ ਜੋ ਦੁਆਬੇ ਵਿੱਚ, ਗੁਰੂਸਰ ਮਹਾਰਾਜ ਦਾ ਬਠਿੰਡੇ ਜ਼ਿਲ੍ਹੇ ਵਿੱਚ, ਇਹ ਚਾਰ ਯੁੱਧ ਲੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਧ ਸੰਗਤ ਜੀ। ਔਰ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜ਼ਾਲਮਾਂ ਨਾਲ, ਤੁਰਕਾਨਿਆਂ ਨਾਲ, ਵੱਡੇ ਵੱਡੇ ਪਾਪੀਆਂ ਨਾਲ ਜੰਗ ਯੁੱਧ ਕੀਤੇ, ਉਦੋਂ ਭਾਈ ਗੰਗਾ ਸਹਿਗਲ ਵੀ ਉਹਨਾਂ ਸੂਰਮਿਆਂ ਵਿੱਚ, ਗੁਰੂ ਕੀ ਫੌਜ ਵਿੱਚ ਵੈਰੀਆਂ ਨਾਲ ਤਕੜੇ ਹੋ ਕੇ ਯੁੱਧ ਲੜਦਾ ਰਿਹਾ। ਹਤੇ ਤੁਰਕ ਬਹੁ ਬਲੀ ਬਿਲੰਦ, ਬੜਾ ਬੁਲੰਦ ਸੂਰਮਾ ਸੀ, ਬੜਾ ਬਲੀ ਤਾਕਤਵਰ ਸੂਰਮਾ ਸੀ, ਔਰ ਬੜੇ ਤੁਰਕਾਂ ਦਾ ਨਾਸ਼ ਕੀਤਾ ਇਸ ਯੋਧੇ ਨੇ। ਨਹੀਂ ਪੀਠ ਰਿਪ ਕੋ ਦਿਖਰਾਈ, ਕਦੇ ਵੈਰੀਆਂ ਨੂੰ ਵੇਖ ਕੇ ਡਰ ਕੇ ਪਿੱਠ ਦਿਖਾ ਕੇ ਨਹੀਂ ਭੱਜਿਆ, ਸਨਮੁਖ ਹੋ ਕੇ ਵੈਰੀਆਂ ਨਾਲ, ਜ਼ਾਲਮਾਂ ਨਾਲ ਜੂਝਦਾ ਰਿਹਾ। ਇਮ ਕਰਤੇ ਨੇ ਸ਼ੁਭ ਗਤ ਪਾਈ, ਇਉਂ ਸੇਵਾ ਕਰਦਿਆਂ ਨਾਮ ਜਪਦਿਆਂ ਮੁਕਤੀ ਦੀ ਦਾਤ ਇਸ ਸਿੱਖ ਨੇ ਪ੍ਰਾਪਤ ਕੀਤੀ ਐ। ਅਪਰ ਅਨੇਕ ਸੂਰਮਾ ਆਏ, ਅਨੇਕਾਂ ਹੀ ਹੋਰ ਵੀ ਸੂਰਮੇ ਧੰਨ ਗੁਰੂ ਅਰਜਨ ਦੇਵ ਜੀ ਦੇ ਪ੍ਰੇਰੇ ਹੋਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗੁਰਤਾ ਗੱਦੀ ਦੇ ਤਖ਼ਤ ਉੱਤੇ ਬੈਠੇ ਤਾਂ ਸਤਿਗੁਰਾਂ ਨੇ ਯੋਧਿਆਂ ਦੀ ਫੌਜ ਗੁਰੂ ਘਰ ਵਿੱਚ ਤਿਆਰ ਕਰਕੇ ਸੂਰਮਿਆਂ ਦੀ ਫੌਜ, ਯੋਧਿਆਂ ਦੀ ਭਰਤੀ ਆਰੰਭ ਕੀਤੀ। ਉਦੋਂ ਅਨੇਕਾਂ ਹੀ ਸੂਰਮੇ ਸਤਿਗੁਰਾਂ ਦੇ ਪ੍ਰੇਰੇ ਹੋਏ ਗੁਰਸਿੱਖਾਂ ਦੀ ਫੌਜ ਵਿੱਚ, ਗੁਰੂ ਕੀ ਫੌਜ ਵਿੱਚ ਆ ਕੇ ਭਰਤੀ ਹੋਏ।
ਵੇਖ ਗੰਗੇ ਕਹ ਮੋਦ ਵਡਾਏ। ਭਾਈ ਗੰਗੇ ਸਹਿਗਲ ਨੂੰ ਵੇਖ ਕੇ ਦੂਸਰੇ ਸੂਰਮੇ ਵੀ ਬੜੇ ਆਨੰਦ ਵਿੱਚ, ਬੜੇ ਉਤਸ਼ਾਹ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਬੜੀ ਸੇਵਾ ਕਰਦੇ ਆ। ਸਤ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆਉਣ ਵਾਲੇ ਭਵਿੱਖ ਦਾ ਪਤਾ ਸੀ ਕਿ ਜ਼ਾਲਮਾਂ ਨੇ ਸਾਨੂੰ ਸ਼ਹੀਦ ਕਰ ਦੇਣਾ, ਔਰ ਇਹ ਸਿੱਖੀ ਫੁਲਵਾੜੀ ਦੀ ਰੱਖਿਆ ਲਈ, ਇਸ ਧਰਤੀ ਤੋਂ ਜਬਰ ਔਰ ਜ਼ੁਲਮ ਦਾ ਨਾਸ਼ ਕਰਨ ਲਈ ਗੁਰੂ ਸਾਹਿਬ ਨੂੰ ਸ਼ਸਤਰ ਚੁੱਕਣੇ ਪੈਣੇ ਹੈ, ਜੰਗ ਯੁੱਧ ਕਰਨੇ ਪੈਣੇ ਹੈ, ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਨੀ ਪੈਣੀ ਹੈ। ਉਹ ਤਿਆਰੀਆਂ ਆਪ ਪਹਿਲਾਂ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਰਵਾ ਰਹੇ ਹੈ, ਗੁਰਸਿੱਖਾਂ ਨੂੰ ਪ੍ਰੇਰਨਾ ਦੇ ਰਹੇ ਹੈ ਕਿ ਛੇਵੇਂ ਪਾਤਸ਼ਾਹ ਜੀ ਨੇ ਸੂਰਬੀਰ ਸ਼ਸਤਰਧਾਰੀ ਯੋਧਿਆਂ ਦੀ ਫੌਜ ਤਿਆਰ ਕਰਨੀ ਹੈ, ਤੁਸੀਂ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਗੁਰਸਿੱਖਾਂ ਦੀ ਸ਼ਸਤਰਧਾਰੀ ਯੋਧਿਆਂ ਦੀ ਫੌਜ ਵਿੱਚ ਨਾਲ ਸ਼ਾਮਿਲ ਹੋ ਭਰਤੀ ਹੋ ਕੇ ਸੇਵਾ ਕਰਨੀ। ਨੂੰ ਭਾਈ ਗੰਗਾ ਜੀ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਕੇ ਬੜਾ ਆਨੰਦ ਪ੍ਰਾਪਤ ਕੀਤਾ ਜੀਵਨ ਵਿੱਚ, ਔਰ ਭਾਈ ਗੰਗੇ ਨੂੰ ਵੇਖ ਵੇਖ ਕੇ ਅਨੇਕਾਂ ਗੁਰੂ ਕੇ ਸਿੱਖ ਸ਼ਸਤਰਧਾਰੀ ਯੋਧੇ ਬਣੇ। ਦੋਹਰਾ ਹੁਤੋ ਤਪਾ ਹਰ ਬੰਸ ਇੱਕ। ਅਗਲਾ ਪ੍ਰਸੰਗ ਸ਼ੁਰੂ ਹੋਇਆ। ਸਾਧ ਸੰਗਤ ਜੀ, ਇੱਕ ਬੜਾ ਭਾਰੀ ਗੁਰਸਿੱਖ ਭਾਈ ਹਰਬੰਸ, ਤਪਾ ਬੜੀ ਤਪੱਸਿਆ ਕਰਨ ਵਾਲਾ, ਨਾਮ ਜਪਣ ਵਾਲਾ, ਭਗਤੀ ਕਰਨ ਵਾਲਾ, ਇਹ ਗੁਰੂ ਕਾ ਪਿਆਰਾ ਸਿੱਖ ਤਪਾ ਭਾਈ ਹਰਬੰਸ ਹੋਇਆ ਹੈ। ਸੇਵ ਕਰਹਿ ਧਰਮਸਾਲ। ਧਰਮਸਾਲ ਦੀ ਗੁਰੂ ਘਰ ਦੀ ਸੇਵਾ ਕਰਦਾ। ਥਕਤ ਜੋ ਸਿੱਖ ਤਿਸ ਕੇ ਚਰਨ। ਜਿਹੜਾ ਸਿੱਖ ਥੱਕਿਆ ਹੋਇਆ ਗੁਰੂ ਘਰ ਵਿੱਚ ਧਰਮਸਾਲਾ ਵਿੱਚ, ਪਹਿਲਾਂ ਧਰਮਸਾਲ ਨਾਮ ਗੁਰਦੁਆਰੇ ਦਾ ਹੋਇਆ ਕਰਦਾ। ਭਾਈ ਗੁਰਦਾਸ ਜੀ ਨੇ ਵੀ ਕਿਹਾ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਸੋ ਭਾਈ, ਇਸ ਤਰ੍ਹਾਂ ਜਿਹੜਾ ਵੀ ਗੁਰੂ ਘਰ ਵਿੱਚ, ਗੁਰੂ ਕੀ ਧਰਮਸਾਲ ਵਿੱਚ ਥੱਕਿਆ ਹੋਇਆ ਰਾਹੀ ਪਾਂਧੀ ਗੁਰੂ ਕਾ ਸਿੱਖ ਆਉਂਦਾ ਇਸ ਕੋਲੇ, ਧੋਏ ਤਪਤ ਜਲ ਨਾਲ। ਸਭ ਤੋਂ ਪਹਿਲਾਂ ਆਏ ਥੱਕੇ ਹੋਏ ਸਿੱਖਾਂ ਦੇ ਗਰਮ ਪਾਣੀ ਕਰਕੇ, ਉਹਨਾਂ ਦੇ ਚਰਨ ਧੋਂਦਾ, ਬੜੇ ਪ੍ਰੇਮ ਨਾਲ ਸੇਵਾ ਕਰਦਾ। ਚੌਪਈ ਦੇਖ ਸ਼ੁੱਧਤ ਭੋਜਨ ਅਚਵਾਵੇ। ਫਿਰ ਭੁੱਖਾ ਵੇਖ ਕੇ ਸਿੱਖ ਨੂੰ, ਉਸ ਨੂੰ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ ਕਰਦਾ। ਨਿਸਾ ਸੁਪਤ ਕੇ ਪਾਏ ਦਬਾਵੇ। ਔਰ ਰਾਤ ਨੂੰ ਸੁੱਤੇ ਪਏ ਸਿੱਖ ਦੇ ਚਰਨ ਘੁੱਟਦਾ, ਚਰਨ ਚਾਪੀ ਕਰਦਾ, ਆਖੋ ਭਾਈ ਵਾਹਿਗੁਰੂ। ਇਹ ਹੈ ਗੁਰੂ ਘਰ ਵਿੱਚ ਰਹਿਣ ਵਾਲੇ ਗੁਰਸਿੱਖਾਂ ਦੀ ਕਰਨੀ, ਜਿਹੜੇ ਗੁਰੂ ਕੇ ਗ੍ਰੰਥੀ, ਗੁਰੂ ਘਰ ਦੇ ਸੇਵਾਦਾਰ ਕਿਹੋ ਜਿਹੇ ਹੋਣੇ ਚਾਹੀਦੇ ਆ, ਉਹਨਾਂ ਦਾ ਐਸਾ ਜੀਵਨ ਹੋਣਾ ਚਾਹੀਦਾ ਜਿਹੋ ਜਿਹੇ ਇਹ ਸਿੱਖ ਹੋਏ ਆ। ਸੋ ਸਾਧ ਸੰਗਤ ਜੀ, ਇਹ ਨਹੀਂ ਕਿ ਸੁਬਹਾ ਸ਼ਾਮ ਹੀ ਆ ਕੇ ਜਿੰਦਾ ਖੋਲ੍ਹ ਕੇ ਸਵੇਰੇ ਨਿਤਨੇਮ ਕਰ ਲਿਆ, ਸ਼ਾਮ ਨੂੰ ਕਰ ਲਿਆ, ਦਿਨੇ ਕੋਈ ਵੀ ਗੁਰਦੁਆਰੇ ਨਾ, ਭਾਵੇਂ ਕੋਈ ਭੁੱਖਾ ਪਿਆਸਾ ਆ ਜਾਵੇ, ਖਾਲੀ ਮੁੜ ਜਾਏ। ਗੁਰੂ ਘਰ ਦੀ ਸੇਵਾ ਕਰਨੀ ਬੜੀ ਸ਼ਰਧਾ ਨਾਲ, ਭਾਵ ਨਾਲ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਏ ਸਿੱਖਾਂ ਨੂੰ ਜਲ ਪਾਣੀ ਪ੍ਰਸ਼ਾਦਾ ਛਕਾਉਣਾ। ਭਗਤ ਪੂਰਨ ਸਿੰਘ ਜੀ ਆਪਣੇ ਜੀਵਨ ਦੀ ਗਾਥਾ ਦੱਸਦੇ ਆ। ਇਹਨਾਂ ਦਾ ਪਿੰਡ ਸਾਧ ਸੰਗਤ ਜੀ ਖੰਨੇ ਕੋਲੇ ਰੋਣੋ ਨਗਰ ਸੀ, ਰਾਜੇ ਆਲ ਰੋਣੋ ਨਗਰ ਹੈ। ਇੱਕ ਵਾਰੀ ਲੁਧਿਆਣੇ ਗਏ ਛੋਟੇ ਹੁੰਦੇ, ਅਜੇ ਜਵਾਨੀ ਦੀ ਉਮਰ ਸ਼ੁਰੂ ਹੋਈ ਸੀ। ਰਾਤ ਪੈ ਗਈ, ਉਦੋਂ ਰੇਲਾਂ 'ਤੇ ਲੋਕ ਸਫ਼ਰ ਕਰਦੇ ਸਨ।
ਸਭ ਤੋਂ ਪਹਿਲਾਂ ਸਾਧ ਸੰਗਤ ਜੀ ਇਹਨਾਂ ਨੂੰ ਨਾ ਤਾਂ ਖਾਣ ਪੀਣ ਵਾਸਤੇ ਕਿਤੋਂ ਪ੍ਰਸ਼ਾਦਾ ਮਿਲਿਆ, ਨਾ ਕਿਤੇ ਰਹਿਣ ਵਾਸਤੇ ਟਿਕਾਣਾ ਮਿਲਿਆ। ਮੰਦਰ ਵਿੱਚ ਗਏ, ਪਹਿਲਾਂ ਇਹ ਬ੍ਰਾਹਮਣਾਂ ਦੇ ਘਰ ਦਾ ਜਨਮ ਸੀ, ਇਸ ਕਰਕੇ ਆਪਣਾ ਧਾਰਮਿਕ ਅਸਥਾਨ ਜਾਣ ਕੇ ਮੰਦਰ ਵਿੱਚ ਗਏ। ਮੰਦਰ ਦੇ ਪੁਜਾਰੀ ਨੇ ਨਾ ਪ੍ਰਸ਼ਾਦਾ ਦਿੱਤਾ, ਨਾ ਆਰਾਮ ਵਾਸਤੇ ਕਮਰਾ ਦਿੱਤਾ, ਜਵਾਬ ਦੇ ਦਿੱਤਾ। ਮਸੀਤ ਵਿੱਚ ਗਏ, ਉੱਥੋਂ ਵੀ ਜਵਾਬ ਮਿਲ ਗਿਆ। ਉੱਥੋਂ ਪੈਦਲ ਤੁਰ ਪਏ, ਚੱਲਦੇ ਚੱਲਦੇ ਸਾਧ ਸੰਗਤ ਜੀ ਦੁਰਾਹੇ ਦੇ ਕੋਲੇ ਜਿੱਥੇ ਦਸਮ ਪਾਤਸ਼ਾਹ ਜੀ ਦਾ ਸਥਾਨ ਹੈ ਗੁਰਦੁਆਰਾ ਰੇਰੂ ਸਾਹਿਬ, ਇੱਥੇ ਆ ਗਏ ਅੱਧੀ ਰਾਤ ਨੂੰ। ਧੰਨ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਰਾਤ ਨੂੰ ਦਰਵਾਜ਼ੇ ਵਿੱਚ ਖੜ੍ਹੇ ਸਨ, ਮਾਨੋ ਜਿਵੇਂ ਉਡੀਕ ਰਹੇ ਸਨ। ਭਗਤ ਜੀ ਨੂੰ ਵੇਖ ਕੇ ਕਹਿੰਦੇ, ਆਓ ਗੁਰਸਿੱਖ ਜੀ, ਜੀ ਆਇਆਂ ਨੂੰ ਦਰਸ਼ਨ ਦਿੱਤੇ। ਮਹਾਂਪੁਰਖ ਅੰਦਰ ਲੈ ਗਏ, ਗਰਮ ਪਾਣੀ ਕਰਕੇ ਪਹਿਲਾਂ ਪੰਜ ਇਸ਼ਨਾਨਾਂ ਕਰਾਇਆ, ਫਿਰ ਸਾਧ ਸੰਗਤ ਜੀ ਸਾਫ਼ ਸੁੱਕਾ ਤੌਲੀਆ ਲੈ ਕੇ ਚਰਨ ਅਤੇ ਹੱਥ ਸਾਫ਼ ਕੀਤੇ, ਫਿਰ ਬਿਸਤਰਾ ਵਿਛਾ ਕੇ ਉੱਤੇ ਬਿਠਾਇਆ। ਕਹਿਣ ਲੱਗੇ, ਤੁਸੀਂ ਇੱਥੇ ਬੈਠੋ, ਮੈਂ ਪ੍ਰਸ਼ਾਦਾ ਬਣਾ ਕੇ ਲਿਆਉਣਾ। ਧੰਨ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਆਪ ਲੰਗਰ ਵਿੱਚੋਂ ਗਰਮ ਗਰਮ ਪ੍ਰਸ਼ਾਦਾ ਬਣਾ ਕੇ ਭਗਤ ਜੀ ਦੇ ਅੱਗੇ ਲੈ ਕੇ ਆਏ। ਪਹਿਲਾਂ ਹੱਥ ਧੁਆਏ, ਫਿਰ ਪ੍ਰਸ਼ਾਦਾ ਛਕਾ ਕੇ ਹੱਥ ਧੁਆਏ, ਫਿਰ ਗਰਮ ਦੁੱਧ ਦਾ ਗੜਬਾ ਲੈ ਕੇ ਆਏ, ਸ਼ੱਕਰ ਪਾ ਕੇ ਦੁੱਧ ਛਕਾਇਆ। ਕਹਿਣ ਲੱਗੇ, ਗੁਰਮੁਖ ਜੀ, ਹੁਣ ਤੁਸੀਂ ਆਰਾਮ ਕਰੋ ਚੰਗੀ ਤਰ੍ਹਾਂ, ਬੜੇ ਥੱਕੇ ਆਏ ਹੋ, ਸਵੇਰੇ ਵੀ ਕੁਝ ਸਮਾਂ ਰਹਿ ਕੇ ਇਸੇ ਤਰ੍ਹਾਂ ਸੇਵਾ ਦਾ ਸੁਭਾਗ ਬਖਸ਼ਿਓ। ਮਹਾਂਪੁਰਖ ਸਾਧ ਸਿੰਘ ਜੀ ਭਗਤ ਜੀ ਨੂੰ ਕਮਰੇ ਵਿੱਚ ਪਾ ਕੇ ਆਪ ਗੋਖੇ ਦੀ ਛੱਪੜੀ 'ਤੇ ਸਾਰੀ ਸਾਰੀ ਰਾਤ ਇੱਕ ਲੱਤ ਦੇ ਭਾਰ ਖੜੋ ਕੇ ਜਪਜੀ ਸਾਹਿਬ ਦਾ 101 ਪਾਠ ਕਰਦੇ ਸਨ। ਆਪ ਹਲ ਵਾਹ ਕੇ ਲੰਗਰ ਚਲਾਉਣਾ, ਆਪ ਹਲ ਵਾਹ ਕੇ ਹੱਥੀਂ ਸੇਵਾ ਕਰਨੀ, ਇੰਨੀ ਕਰਨੀ ਸੀ ਉਹਨਾਂ ਸਤਿਪੁਰਸ਼ਾਂ ਦੀ। ਜਦੋਂ ਦਿਨ ਚੜ੍ਹਿਆ, ਮਹਾਂਪੁਰਖ ਆਏ, ਫਿਰ ਗਰਮ ਪਾਣੀ ਨਾਲ ਇਸ਼ਨਾਨ ਕਰਾ ਕੇ ਪ੍ਰਸ਼ਾਦਾ ਛਕਾਇਆ, ਬੜੀ ਸੇਵਾ ਕੀਤੀ। ਭਗਤ ਪੂਰਨ ਸਿੰਘ ਜੀ ਕਹਿੰਦੇ, ਉਸ ਰਾਤ ਦੀ ਸੇਵਾ ਨੇ, ਉਸ ਰਾਤ ਦੇ ਪ੍ਰੇਮ ਔਰ ਮਿਲਾਪ ਨੇ ਮੇਰੀ ਜ਼ਿੰਦਗੀ ਬਦਲਤੀ। ਮੈਂ ਗੁਰੂ ਘਰ ਦਾ ਉਸ ਦਿਨ ਤੋਂ ਬਾਅਦ ਮਰੀਦ ਬਣ ਗਿਆ, ਸਿੱਖ ਬਣ ਗਿਆ। ਮਨ ਨੂੰ ਕਿਹਾ, ਮਨਾ, ਅਸਲੀ ਗੁਰਸਿੱਖੀ ਧਰਮ ਇਹ ਹੈ, ਤੂੰ ਕਿਉਂ ਐਵੇਂ ਹੋਰ ਥਾਵਾਂ 'ਤੇ ਭਟਕਦਾ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜ ਜਾ। ਉਸ ਦਿਨ ਤੋਂ ਸਿੱਖੀ ਧਾਰਨ ਕੀਤੀ, ਉਸ ਦਿਨ ਤੋਂ ਗੁਰੂ ਘਰ ਨਾਲ ਜੁੜ ਗਏ। ਕਿੱਡੀ ਵੱਡੀ ਮਾਨਵਤਾ ਦੀ ਸੇਵਾ ਕੀਤੀ, ਪਿੰਗਲਵਾੜਾ ਸੰਸਥਾ ਬਣਾ ਕੇ। ਇੱਕ ਮਹਾਂਪੁਰਖ ਦੀ, ਇੱਕ ਕਰਨੀ ਵਾਲੇ ਗੁਰਸਿੱਖ ਦੀ ਸੇਵਾ ਨੇ ਜੀਵਨ ਵਿੱਚ ਬਦਲਾਅ ਲਿਆ ਤਾ। ਸਾਧ ਸੰਗਤ ਜੀ, ਕਰਨੀ ਹੀ ਹੈ ਜਿਹੜੀ ਜੀਵਨ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ। ਅੱਜ ਦੁਨੀਆ ਭਗਤ ਪੂਰਨ ਸਿੰਘ ਜੀ ਦਾ ਨਾਮ ਸਾਰਾ ਸੰਸਾਰ ਜਾਣਦਾ, ਪਰ ਧੰਨ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੀ ਉਹ ਸੇਵਾ ਨੇ ਉਹਨਾਂ ਨੂੰ ਧੰਨਤਾ ਦੇ ਯੋਗ ਬਣਾਇਆ, ਐਸਾ ਜੀਵਨ। ਸੋ ਇਸ ਕਰਕੇ ਇੱਥੇ ਵੀ ਗੁਰੂ ਕੇ ਸਿੱਖ ਦੀ ਕਿੱਡੀ ਵੱਡੀ ਘਾਲਣਾ। ਜੇ ਕੋਈ ਸਿੱਖ ਧਰਮਸਾਲ ਵਿੱਚ ਆਉਂਦਾ, ਚਰਨ ਧੋ ਕੇ ਭੁੱਖੇ ਨੂੰ ਪ੍ਰਸ਼ਾਦ ਛਕਾਉਂਦਾ, ਪ੍ਰਸ਼ਾਦਾ ਛਕਾ ਕੇ ਜਦੋਂ ਸਿੱਖ ਸੌਂ ਜਾਂਦਾ, ਉਹਦੇ ਚਰਨ ਨੱਪਦਾ, ਚਰਨ ਘੁੱਟਦਾ ਹੈ, ਚਰਨ ਦਬਾਉਂਦਾ, ਚਰਨ ਚਾਪੀ ਕਰਦਾ ਹੈ। ਸੀਤ ਕਾਲ ਭੂਰੇ ਤਬ ਦੇ ਤੋ, ਜਦੋਂ ਠੰਡ ਹੁੰਦੀ ਹੈ, ਜਿਹੜੇ ਠੰਡ ਵਿੱਚ ਜਿਨ੍ਹਾਂ ਕੋਲੇ ਗਰਮ ਕੱਪੜੇ ਨਹੀਂ ਹੁੰਦੇ, ਉਹਨਾਂ ਨੂੰ ਭੂਰੇ ਕੰਬਲ ਵੀ ਦੰਦਾ ਵੰਡਦਾ ਹੈ ਠੰਡ ਦੇ ਦਿਨਾਂ ਵਿੱਚ। ਧਰਮਸਾਲ ਲੇਪਨ ਕਰ ਲੇ ਤੋ, ਪੁਰਾਣੇ ਸਮਿਆਂ ਵਿੱਚ ਕੱਚੇ ਗੁਰ ਅਸਥਾਨ ਹੋਇਆ ਕਰਦੇ,
ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਬਚਨ ਹੈ ਇਹ ਸਾਧ ਸੰਗਤ ਜੀ। ਉਹ ਕਿਹਾ ਕਰਦੇ, ਪੁਰਾਣੇ ਸਮੇਂ 'ਚ ਗੁਰਦੁਆਰੇ ਕੱਚੇ ਸਨ, ਸਿੱਖ ਪੱਕੇ ਸਨ। ਅੱਜ ਗੁਰਦੁਆਰੇ ਪੱਕੇ ਹੋ ਗਏ, ਸਿੱਖੀ ਵਿੱਚ ਬੜੀ ਕਚਿਆਈ ਸਾਡੇ ਆ ਗਈ, ਬੜਾ ਢਿੱਲਾਪਣ ਆ ਗਿਆ। ਸਾਧ ਸੰਗਤ ਜੀ, ਉਦੋਂ ਗੁਰੂ ਅਸਥਾਨ ਕੱਚੇ ਸਨ, ਇਸ ਕਰਕੇ ਰੋਜ਼ਾਨਾ ਲੇਪਨ ਕੀ ਪੋਚਾ ਫੇਰਨਾ, ਪਰੋਲਾ ਦੇਣਾ ਰੋਜ਼ ਮਿੱਟੀ ਦਾ, ਸਾਰੇ ਗੁਰਦਰਬਾਰ ਦੀ ਇਸ ਤਰ੍ਹਾਂ ਸੇਵਾ ਕਰਦਾ। ਜਾਗੈ ਪ੍ਰਥਮ ਜੋ ਪਾਛਲ ਰਾਤੀ, ਪਿਛਲੀ ਰਾਤ ਜਦੋਂ ਰਹਿ ਜਾਂਦੀ ਅੰਮ੍ਰਿਤ ਵੇਲੇ ਸਵਾ ਪਹਿਰ ਦੇ ਤੜਕੇ, ਅੰਮ੍ਰਿਤ ਵੇਲੇ ਉੱਠਦਾ ਭਾਈ ਹਰਬੰਸ ਤਪਾ, ਜਲ ਕਰ ਤਪਤ ਨੁਲਾਏ ਪ੍ਰਭਾਤੀ, ਆਪ ਇਸ਼ਨਾਨ ਕਰਕੇ ਜਿਹੜੀ ਸੰਗਤ ਆਉਂਦੀ ਸਿੱਖ ਆਉਂਦੇ ਉਹਨਾਂ ਨੂੰ ਠੰਡ ਵਿੱਚ ਗਰਮ ਪਾਣੀ ਕਰਕੇ ਉਹਨਾਂ ਦਾ ਇਸ਼ਨਾਨ ਕਰਵਾਉਂਦਾ। ਪੜਤ ਰਹੇ ਪੁਨ ਸਤਿਗੁਰ ਬਾਣੀ, ਸਾਰਾ ਦਿਨ ਸਾਰੀ ਰਾਤ ਸਤਿਗੁਰਾਂ ਦੀ ਬਾਣੀ ਪੜਿਆ ਕਰਦਾ, ਪੜ੍ਹਦਾ ਰਹਿੰਦਾ। ਇਮ ਸੇਵਾ ਕੋਠਾਨ ਮਹਾਨੀ, ਇਉਂ ਸੇਵਾ ਦੀ ਤਪੱਸਿਆ ਕਰਦਾ, ਇਉਂ ਬਹੁਤ ਗੁਰਸਿੱਖਾਂ ਦੀ ਸੰਗਤਾਂ ਦੀ ਗੁਰ ਅਸਥਾਨ ਦੀ ਭਾਈ ਹਰਬੰਸ ਤਪੇ ਨੇ ਸੇਵਾ ਕੀਤੀ। ਕਵ ਗੁਰਦਾਸ ਕੀਨ ਜੋ ਬਾਣੀ, ਜੋ ਭਾਈ ਗੁਰਦਾਸ ਜੀ ਦੀ ਬਾਣੀ ਹੈ, ਕਵਿਤ ਸਵਈਏ ਹੈ ਨਾ, ਉਹ ਜਿਹੜੀ ਭਾਈ ਗੁਰਦਾਸ ਜੀ ਦੀ ਬਾਣੀ ਹੈ। ਇੱਕ ਦਿਨ ਪੜਤ ਹੋ ਤੋ ਰੁਚ ਠਾਨੀ, ਜਬਾਨੀ ਯਾਦ ਸੀ ਇੱਕ ਦਿਨ ਬੜੀ ਰੁਚੀ ਨਾਲ ਬੜੇ ਪ੍ਰੇਮ ਨਾਲ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹ ਰਹੇ ਸਨ। ਕਿਤਕ ਸਿੱਖ ਬੋਲੇ ਤੇ ਸਿਪਾਹੀ, ਕਿੰਨੇ ਕੁ ਸਿੱਖਾਂ ਨੇ ਸੁਣਿਆ ਕਿ ਭਾਈ ਹਰਬੰਸ ਭਾਈ ਗੁਰਦਾਸ ਦੀ ਬਾਣੀ ਪੜ੍ਹ ਰਿਹਾ, ਤਾਂ ਉਹਨਾਂ ਨੇ ਭਾਈ ਗੁਰਦਾਸ ਨੂੰ ਉਸੇ ਵਕਤ ਟੋਕਿਆ ਤੇ ਪੁੱਛਿਆ, ਗੁਰਬਾਣੀ ਕਿਉਂ ਪੜ੍ਹਹਿ ਨਾਹੀਂ। ਕਹਿਣ ਲੱਗਾ, ਤੂੰ ਗੁਰਬਾਣੀ ਕਿਉਂ ਨਹੀਂ ਪੜ੍ਹਦਾ, ਭਾਈ ਗੁਰਦਾਸ ਦੀ ਬਾਣੀ ਪੜ੍ਹੀ ਜਾਂਦਾ ਇੱਕ ਸਿੱਖ ਦੀ ਰਚਨਾ, ਗੁਰੂ ਕੀ ਬਾਣੀ ਕਿਉਂ ਨਹੀਂ ਪੜ੍ਹਦਾ ਹੈ, ਇਹ ਸਵਾਲ ਕੀਤਾ। ਅਪਰ ਕਵਨ ਕੀ ਸਿੱਖ ਨਹਿ ਪੜ੍ਹੈ, ਸਿੱਖ ਹੋਰਾਂ ਕਵੀਆਂ ਦੀ ਬਾਣੀ ਨਹੀਂ ਕਦੇ ਪੜ੍ਹਦੇ ਹਨ। ਸਤਿਗੁਰ ਸ਼ਬਦ ਪ੍ਰੀਤ ਤੇ ਰੜੈ, ਸਿੱਖਾਂ ਦੀ ਜਿਹੜੀ ਪ੍ਰੀਤੀ ਹੈ ਗੁਰੂ ਦੇ ਸ਼ਬਦਾਂ ਨਾਲ ਹੈ, ਬਾਣੀ ਨਾਲ ਹੈ। ਰੜੇ ਦਾ ਅਰਥ ਹੁੰਦਾ ਪੜ੍ਹਨਾ, ਤੇ ਸਿੱਖ ਬਾਰ ਬਾਰ ਰੜੇ ਉਚਾਰਨਾ, ਭਾਵ ਗੁਰੂ ਦੇ ਸ਼ਬਦਾਂ ਨੂੰ, ਗੁਰੂ ਕੀ ਬਾਣੀ ਨੂੰ ਪ੍ਰੀਤ ਨਾਲ ਪ੍ਰੇਮ ਨਾਲ ਉਚਾਰਦੇ ਆ, ਪੜ੍ਹਦੇ ਆ। ਝਗੜ ਪਰਸ ਪਰ ਗੁਰ ਟਿਗਿਆ, ਝਗੜਾ ਪੈ ਗਿਆ ਆਪਸ ਵਿੱਚ, ਭਾਈ ਹਰਬੰਸ ਕਹਿੰਦਾ ਮੈਂ ਪੜ੍ਹਨੀ ਹੈ, ਰੋਜ਼ ਪੜ੍ਹਦਾ ਗੁਰਬਾਣੀ ਤੋਂ ਬਿਨਾਂ, ਇਹ ਕਹਿੰਦੇ ਤੂੰ ਪੜ੍ਹਦਾ ਕਿਉਂ ਹੈ, ਝਗੜਾ ਪੈ ਗਿਆ ਆਪਸ ਵਿੱਚ। ਇਹ ਝਗੜਾ ਝਗੜਦੇ ਝਗੜਦੇ ਇਹ ਸਿੱਖ ਅਤੇ ਭਾਈ ਹਰਬੰਸ ਗੁਰੂ ਅਰਜਨ ਦੇਵ ਜੀ ਦੇ ਕੋਲੇ ਆ ਗਏ। ਬਾਤ ਪ੍ਰਸੰਗ ਜੋ ਸਕਲ ਸੁਣਾਏ, ਜੋ ਝਗੜਾ ਹੋਇਆ ਸੀ ਉਹ ਸਾਰਾ ਪ੍ਰਸੰਗ, ਸਾਰੀ ਗੱਲਬਾਤ ਸਤਿਗੁਰਾਂ ਨੂੰ ਦੱਸੀ। ਇਹ ਸਭ ਵਰਜਿਤ ਤਰਕ ਤੇ ਅਹੀ, ਭਾਈ ਹਰਬੰਸ ਕਹਿਣ ਲੱਗਾ ਮਹਾਰਾਜ ਮੈਂ ਭਾਈ ਗੁਰਦਾਸ ਦੀ ਬਾਣੀ ਪੜ੍ਹਦਾ ਹੈ, ਮੈਨੂੰ ਉਹਨਾਂ ਦੀ ਬਾਣੀ ਪੜ੍ਹਨ ਤੋਂ ਵਰਜਦੇ ਆ, ਰੋਕਦੇ ਆ ਔਰ ਤਰਕਾਂ ਕਰਦੇ ਆ। ਪੜਨ ਗਿਰਾ ਗੁਰਦਾਸ ਜੋ ਕਹੀ, ਜੋ ਭਾਈ ਗੁਰਦਾਸ ਜੀ ਨੇ ਬਾਣੀ ਕਹੀ ਹੈ ਮੈਂ ਤਾਂ ਉਸ ਦਾ ਪਾਠ ਕਰਦਾ ਸੀ ਨਾਲ। ਸੁਣ ਸ਼੍ਰੀ ਅਰਜਨ ਬਾਕ ਉਚਾਰਾ, ਸਿੱਖ ਦੀ ਬੇਨਤੀ ਸੁਣ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਜਿਸ ਮੈਂ ਸ਼੍ਰੀ ਗੁਰੂ ਸੁਜਸ ਉਚਾਰਾ। ਕਹਿੰਦੇ ਭਾਈ ਭਾਈ ਗੁਰਦਾਸ ਦੀ ਬਾਣੀ ਵਿੱਚ ਤਾਂ ਗੁਰੂ ਦਾ ਜਸ ਹੈ, ਗੁਰੂ ਦਾ ਜਾਸੀ ਉਚਾਰਨ ਕੀਤਾ ਹੋਇਆ, ਗੁਰੂ ਕੀ ਮਹਿਮਾ ਹੀ ਇਸ ਬਾਣੀ ਵਿੱਚ ਸਾਰੀ ਗਾਈ ਹੋਈ ਹੈ। ਸਤਨਾਮ ਕੀ ਮਹਿਮਾ ਕਹੀ, ਵਾਹਿਗੁਰੂ ਦੇ ਨਾਮ ਦੀ ਮਹਿਮਾ ਹੀ ਕਹੀ ਹੋਈ ਹੈ ਸਾਰੀ ਭਾਈ ਗੁਰਦਾਸ ਜੀ ਨੇ।
ਤਿਸ ਕਹੋ ਪੜੋ ਨਾ ਤਰਕੋ ਨਹੀਂ ਸੋ ਤਰਕੋ ਨਹੀਂ। ਮਹਾਰਾਜ ਕਹਿਣ ਲੱਗੇ ਭਾਈ ਉਹ ਬਾਣੀ ਕਿਉਂ ਨਹੀਂ ਪੜ੍ਹਨੀ, ਪੜੋ। ਉਹਦੇ ਤੇ ਤਰਕਾਂ ਨਹੀਂ ਕਰਨੀਆਂ, ਸ਼ੰਕਾਵਾਂ ਨਹੀਂ ਕਰਨੀਆਂ, ਐਵੇਂ ਕਈ ਤਰ੍ਹਾਂ ਦੇ ਸਵਾਲ ਨਹੀਂ ਪੈਦਾ ਕਰਨੇ। ਭਾਈ ਗੁਰਦਾਸ ਦੀ ਬਾਣੀ ਜ਼ਰੂਰ ਪੜ੍ਹਨੀ ਆ। ਸਤਿਗੁਰ ਸਮਤਾ ਚਹਿ ਜੇ ਮੂੜ, ਜਿਹੜਾ ਕੋਈ ਮੂਰਖ ਗੁਰੂ ਕੀ ਬਰਾਬਰਤਾ ਕਰਨਾ ਚਾਹੁੰਦਾ ਹੈ, ਕਿਮ ਲਖ ਸਕੈ ਜੇ ਆਸ਼ਾ ਗੂੜ, ਗੁਰੂ ਦੇ ਸਿਧਾਂਤ ਨੂੰ ਉਹ ਕਿਵੇਂ, ਗੁਰੂ ਦੀ ਮਹਿਮਾ ਨੂੰ ਕਿਵੇਂ ਸਮਝ ਸਕਦਾ। ਗੁਰੂ ਕਾ ਸਿਧਾਂਤ, ਗੁਰੂ ਕੀ ਕਰਨੀ ਬੜੀ ਡੂੰਘੀ ਹੈ। ਸੋ ਨਾ ਪੜੋ ਕਰੋ ਤਿਸ ਤਰਕ। ਮਹਾਰਾਜ ਕਹਿਣ ਲੱਗੇ ਭਾਈ ਹੁਣ ਇੱਥੋਂ ਆ ਕੇ ਸਪਸ਼ਟ ਹੋ ਰਿਹਾ ਕਿ ਜਿਹੜਾ ਬੰਦਾ ਗੁਰੂ ਕੀ ਬਰਾਬਰਤਾ ਕਰਦਾ, ਗੁਰੂ ਕੀ ਬਾਣੀ ਦੇ ਬਰਾਬਰ ਆਪਣੀ ਬਾਣੀ ਰਚਦਾ, ਵੀ ਮੇਰੀ ਬਾਣੀ ਵੱਡੀ ਹੈ, ਗੁਰੂ ਕੀ ਬਾਣੀ ਮੇਰੇ ਨਾਲੋਂ ਛੋਟੀ ਹੈ, ਇਹੋ ਜਿਹਾ ਮੂਰਖ ਗੁਰੂ ਦੇ ਸਿਧਾਂਤ ਨੂੰ ਨਹੀਂ ਜਾਣ ਸਕਦਾ। ਸੋ ਇਹੋ ਜਿਹੇ ਮਨਮਤੀਆਂ ਦੀ, ਦੇਹਧਾਰੀਆਂ ਦੀ ਔਰ ਮਨੁੱਖਾਂ ਦੀ ਬਾਣੀ ਕਦੇ ਵੀ ਨਹੀਂ ਪੜ੍ਹਨੀ, ਔਰ ਉਸ ਨੂੰ ਤਰਕ ਨਾਮ ਤਿਆਗ ਦੇਣਾ, ਛੱਡ ਦੇਣਾ ਹੈ। ਜੋ ਸਿੱਖ ਪੜ੍ਹੇ ਪਰਹ ਮਤ ਫਰਕ। ਮਹਾਰਾਜ ਕਹਿੰਦੇ ਭਾਈ ਗੁਰਦਾਸ ਦੀ ਬਾਣੀ ਨੂੰ ਛੱਡ ਕੇ, ਜਿਹੜਾ ਮਨਮੁੱਖਾਂ ਦੀ ਬਣਾਈ ਕਵਿਤਾ ਨੂੰ, ਉਹਨਾਂ ਦੀ ਬਣਾਈ ਰਚਨਾ ਨੂੰ ਪੜ੍ਹੇਗਾ, ਉਹਦੀ ਬੁੱਧੀ ਵਿੱਚ ਫਰਕ ਪੈ ਜਾਏਗਾ। ਅਪਰ ਜੇ ਗੁਰਬਾਣੀ ਅਨੁਸਾਰ, ਜਿਹੜੀ ਕੋਈ ਰਚਨਾ ਗੁਰਬਾਣੀ ਦੇ ਅਨੁਸਾਰ ਹੈ, ਕੈ ਵਰਨਨ ਜੇ ਪ੍ਰਭ ਅਵਤਾਰ, ਜਿਹਦੇ ਵਿੱਚ ਪ੍ਰਭੂ ਦੇ ਅਵਤਾਰਾਂ ਦੀ, ਪਰਮੇਸ਼ਰ ਦੀ, ਵਾਹਿਗੁਰੂ ਦੀ, ਪ੍ਰਭੂ ਅਵਤਾਰ ਪਰਮੇਸ਼ਰ ਦੀ ਜਿਹਦੇ ਵਿੱਚ ਮਹਿਮਾ ਕਹੀ ਗਈ ਹੈ। ਸਤਿਗੁਰ ਹਰ ਸਬਦਨੀ ਬਾਣੀ, ਸਤਿਗੁਰੂ ਦੇ ਨਾਲ ਅਤੇ ਪਰਮੇਸ਼ਰ ਦੇ ਨਾਲ ਜਿਹੜੀ ਬਾਣੀ ਸੰਬੰਧ ਰੱਖਦੀ ਹੈ, ਵਾਹਿਗੁਰੂ ਨਾਲ ਸਤਿਗੁਰਾਂ ਨਾਲ ਜਿਹੜੀ ਬਾਣੀ, ਜਿਹੜੀ ਰਚਨਾ ਜੋੜਦੀ ਹੈ, ਪੜ੍ਹੋ ਸੁਣੋ ਨਿਸ਼ਚੈ ਔਰ ਠਾਨੀ, ਸਿੱਖੋ ਪੜ੍ਹਨੀ ਵੀ ਹੈ, ਸੁਣਨੀ ਵੀ ਹੈ, ਔਰ ਨਿਸ਼ਚਾ ਵੀ ਮਨ ਵਿੱਚ, ਭਾਵ ਸ਼ਰਧਾ ਵੀ ਉਸ ਪ੍ਰਤੀ ਬਣਾ ਕੇ ਰੱਖਣੀ ਹੈ, ਭਰੋਸਾ ਬਣਾ ਕੇ ਰੱਖਣਾ, ਕਦੇ ਤਰਕ ਨਹੀਂ ਕਰਨੀ। ਮਤ ਸਰ ਕਰ ਗੁਰ ਸੋ ਜਨ ਕਰੀ, ਜਿਹਨਾਂ ਗੁਰੂ ਸਾਹਿਬ ਦੇ ਨਾਲ ਈਰਖਾ ਕਰਕੇ, ਜਿਹਨਾਂ ਨੇ ਬਰਾਬਰ ਬਾਣੀ ਲਿਖੀ ਹੈ ਗੁਰੂ ਸਾਹਿਬ ਦੀ ਬਰਾਬਰਤਾ ਕਰਨ ਵਾਸਤੇ, ਕਹਿ ਵਿਸ਼ਨ ਕਹਿ ਨਰ ਕਰ ਕਬ ਧਰੀ, ਨਰ ਕਥ ਧਰੀ, ਜਾਂ ਜਿਹਦੇ ਪੜ੍ਹ ਨਾਲ ਵਿਕਾਰ ਮਨ ਵਿੱਚ ਪੈਦਾ ਹੁੰਦੇ, ਜਿਹਦੇ ਵਿੱਚ ਵਿਸ਼ਿਆਂ ਦੀ ਕਥਾ ਕੀਤੀ ਗਈ ਹੈ, ਐਸੀ ਜਿਹੜੀ ਰਚਨਾ ਹੈ, ਤਿਨ ਕੋ ਪੜਨ ਬਾਦ ਹੈ ਐਸੇ, ਉਹਨੂੰ ਪੜ੍ਹਨਾ ਬਿਅਰਥ ਹੈ, ਉਹ ਕਦੇ ਵੀ ਨਹੀਂ ਪੜ੍ਹਨਾ ਭੁੱਲ ਕਰਕੇ ਵੀ, ਬਿਨ ਵਰਖਾ ਕਨ ਗਰਜਤ ਜੈਸੇ, ਜਿਵੇਂ ਪਾਣੀ ਵਰਖਾ, ਬਿਨ ਵਰਖਾ, ਬਿਨਾਂ ਵਰਖਾ ਤੋਂ, ਬਿਨਾਂ ਮੀਂਹ ਤੋਂ ਬੱਦਲ ਸੁੱਕਾ ਹੀ ਗਰਜੀ ਜਾਵੇ, ਉਹਦਾ ਕੋਈ ਲਾਭ ਨਹੀਂ ਹੁੰਦਾ। ਜਿਸ ਮੈਂ ਗੁਰ ਅਰ ਹਰ ਤਰਕਨ ਤੇ, ਇਹੋ ਜਿਹੇ ਲੋਕਾਂ ਦੀ ਰਚਨਾ ਨਹੀਂ ਪੜ੍ਹਨੀ ਜਿਸ ਵਿੱਚ ਗੁਰੂ ਉੱਤੇ ਤੇ ਪਰਮੇਸ਼ਰ ਦੇ ਉੱਤੇ ਤਰਕ ਕੀਤੀ ਗਈ ਹੈ, ਪਰਮੇਸ਼ਰ ਤੇ ਗੁਰੂਆਂ ਤੇ ਸ਼ੰਕਾ ਕੀਤੀ ਜਾਵੇ, ਜਿਸ ਬਾਣੀ ਵਿੱਚ, ਜਿਸ ਰਚਨਾ ਵਿੱਚ, ਨਰਕ ਪਰਹ ਜੇ ਪੜ੍ਹੇ ਸੁਨੰਤੇ, ਆਖੋ ਭਾਈ ਵਾਹਿਗੁਰੂ। ਮਹਾਰਾਜ ਕਹਿੰਦੇ ਉਹ ਨਰਕ ਵਿੱਚ ਪਰੇਗਾ ਪਵੇਗਾ, ਜਿਹੜਾ ਪੜ੍ਹੇਗਾ ਵੀ ਔਰ ਸੁਣੇਗਾ ਵੀ, ਪੜ੍ਹਨ ਸੁਣਨ ਵਾਲਾ ਨਰਕਾਂ ਵਿੱਚ ਜਾ ਕੇ ਪੈ ਜਾਏਗਾ। ਸਾਧ ਸੰਗਤ ਜੀ, ਅੱਜ ਸਾਡੇ ਕੋਲ ਸਿੱਖਾਂ ਵਿੱਚ
ਕੁਝ ਐਸੇ ਲੋਕ ਪੈਦਾ ਹੋ ਗਏ ਹੈ ਸਿੱਖੀ ਬਾਣੀ ਵਿੱਚ ਜਿਹੜੇ ਅੱਜ ਗੁਰਬਾਣੀ ਉੱਤੇ ਵੀ ਤਰਕ ਕਰ ਰਹੇ ਹੈ। ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕੀ ਕਹਿੰਦੇ? ਕਹਿੰਦੇ ਬ੍ਰਾਹਮਣਵਾਦ ਹੈ ਇਹ ਸਾਰਾ। ਦਸਮ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਉੱਤੇ ਬੜੀਆਂ ਤਰਕਾਂ ਕਰ ਰਹੇ ਹੈ। ਆ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਕਿਆ ਕਮਾਲ ਦੀ ਗੁਰੂ ਸਾਹਿਬ ਜੀ ਦੀ ਮਹਿਮਾ ਉਹਨਾਂ ਨੇ ਕੀਤੀ ਆ। ਕਿੰਨੇ ਪ੍ਰੇਮ ਵਿੱਚ, ਕਿੰਨੀ ਸ਼ਰਧਾ ਵਿੱਚ ਭਿੱਜ ਕੇ ਕਿੱਡਾ ਵੱਡਾ ਗੁਰ ਇਤਿਹਾਸ ਰਚਿਆ। ਅੱਜ ਇਹਨਾਂ ਗੁਰ ਇਤਿਹਾਸਾਂ ਉੱਤੇ ਵੀ ਮਨਮਤੀਏ ਲੋਕ ਸ਼ੰਕਾ ਕਰ ਰਹੇ, ਉਂਗਲੀਆਂ ਚੁੱਕ ਰਹੇ ਆ। ਆਪਣਾ ਜੀਵਨ ਸਾਧ ਸੰਗ ਜੀ ਭੋਰਾ ਜਿੰਨਾ ਵੀ ਚੰਗਾ ਨਹੀਂ, ਤੇ ਤਰਕਾਂ ਮਹਾਂਪੁਰਖ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖਾਂ ਦੇ ਉੱਤੇ ਜਿਨ੍ਹਾਂ ਨੇ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਹੱਥੀਂ ਲਿਖਿਆ ਔਰ ਲਿਖਾਇਆ ਵੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਉੱਤੋਂ। ਔਰ ਧੰਨ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ, ਭਾਈ ਗੁਰਦਾਸ ਤੇਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਾਬੀ ਹੈ, ਗੁਰੂ ਗ੍ਰੰਥ ਸਾਹਿਬ ਜਿੰਦਾ ਹੈ, ਤੇਰੀ ਜਿਵੇਂ ਜਿੰਦਾ ਚਾਬੀ ਤੋਂ ਬਿਨਾਂ ਨਹੀਂ ਖੁੱਲ੍ਹ ਸਕਦਾ ਜਿੰਦਰਾ, ਇਸੇ ਤਰ੍ਹਾਂ ਤੇਰੀ ਬਾਣੀ ਜੋ ਤੂੰ ਕਵਿਤ ਸਵਈਏ ਬਾਰਾਂ ਰਚੀਆਂ, ਤੇਰੀ ਬਾਣੀ ਪੜ੍ਹੇ ਤੋਂ ਵਿਚਾਰੇ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਨਹੀਂ ਖੁੱਲ੍ਹੇਗਾ, ਸਮਝ ਨਹੀਂ ਆਵੇਗਾ। ਐਡਾ ਵੱਡਾ ਵਰਦਾਨ ਦਿੱਤਾ। ਅੱਜ ਭਾਈ ਗੁਰਦਾਸ ਜੀ ਦੀ ਬਾਣੀ ਉੱਤੇ ਨਵੇਂ ਜੰਮ ਪਏ ਸਿੱਖ ਜਿਹੜੇ ਉੱਠ ਪਏ ਆ ਤਰਕਾਂ ਕਰਨ, ਸਾਧ ਸੰਗਤ ਜੀ ਉਹਨਾਂ ਲੋਕਾਂ ਤੋਂ ਸਾਵਧਾਨ ਰਹਿਣਾ, ਉਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਕਦੇ ਆਉਣਾ। ਉਹਨਾਂ ਨੇ ਤਾਂ ਅੱਜ ਬੜਾ ਕੂੜ ਦਾ ਪ੍ਰਚਾਰ ਸ਼ੁਰੂ ਕੀਤਾ ਹੋਇਆ, ਗੁਰਬਾਣੀ ਉੱਤੇ ਵੀ, ਦਸਮ ਪਿਤਾ ਦੀ ਬਾਣੀ 'ਤੇ ਵੀ, ਭਾਈ ਗੁਰਦਾਸ 'ਤੇ ਵੀ, ਗੁਰ ਇਤਿਹਾਸ ਉੱਤੇ ਵੀ। ਸੋ ਸਾਧ ਸਿੰਘ ਜੀ ਇਹੋ ਜਿਹਿਆਂ ਦੀਆਂ ਗੱਲਾਂ, ਇਹੋ ਜਿਹਿਆਂ ਦੇ ਸਿਧਾਂਤ ਪੜ੍ਹਨ ਸੁਣਨ ਵਾਲਾ ਵੀ ਨਰਕਾਂ ਵਿੱਚ ਪਵੇਗਾ, ਭੁੱਲ ਕੇ ਵੀ ਨਹੀਂ ਇਹੋ ਜਿਹਿਆਂ ਦੀ ਗੱਲ ਕਦੇ ਕੰਨਾਂ ਵਿੱਚ ਵੀ ਨਹੀਂ ਪੈਣ ਦੇਣੀ। ਇਸ ਕਰਕੇ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਫਰਮਾਨ ਕੀਤਾ, ਮੇਰੇ ਮੋਹਨ ਸਰਬਨੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਹੋ ਜਾਏ। ਸਾਖਤਾਂ ਦੇ ਬੋਲ, ਨਿੰਦਕਾਂ ਦੇ ਬੋਲ, ਗੁਰੂ ਘਰਾਂ ਦੇ ਦੋਖੀਆਂ ਦੇ ਬੋਲ ਕਦੇ ਕੰਨਾਂ ਵਿੱਚ ਪੈਣ ਨਹੀਂ ਦੇਣੇ, ਉਹਨਾਂ ਤੋਂ ਬਚ ਕੇ ਰਹਿਣਾ। ਔਰ ਉਹਨਾਂ ਲੋਕਾਂ ਦਾ ਬਾਦਲੀਲ ਸਾਧ ਸਿੰਘ ਜੀ ਜੋ ਅੱਜ ਉਹ ਗੁਰਬਾਣੀ ਨੂੰ ਨੀਵਾਂ ਦਿਖਾ ਰਹੇ ਹੈ, ਗੁਰ ਸਿਧਾਂਤਾਂ ਦੀਆਂ ਧਜੀਆਂ ਉਡਾ ਰਹੇ ਆ, ਉਹਨਾਂ ਦਾ ਖੰਡਨ ਕਰਕੇ ਖਾਲਸੇ ਨੂੰ ਅਸਲੀ ਸਿਧਾਂਤ ਦੀ ਜਾਣਕਾਰੀ ਦੇਣੀ ਸਾਡਾ ਸਾਰਿਆਂ ਦਾ ਫਰਜ਼ ਹੈ। ਸੋ ਸਾਧ ਸੰਗਤ ਜੀ ਉਹਨਾਂ ਲੋਕਾਂ ਤੋਂ ਸਾਵਧਾਨ ਰਹੋ। ਇੱਥੇ ਗੁਰੂ ਸਾਹਿਬ ਬਾਰ ਬਾਰ ਤਾਕੀਦ ਕਰ ਰਹੇ ਹੈ, ਸਿੱਖਾਂ ਨੇ ਕਿਹਾ ਵੀ ਮਹਾਰਾਜ ਦੀ ਬਾਣੀ ਨੂੰ ਛੱਡ ਕੇ ਭਾਈ ਗੁਰਦਾਸ ਜੀ ਕਿਉਂ ਪੜ੍ਹਦਾ? ਇਹ ਸਾਰਾ ਹੀ ਉੱਤਰ ਆ ਗਿਆ ਭਾਈ ਗੁਰਦਾਸ ਜੀ ਬਾਬਤ। ਮਹਾਰਾਜ ਕਹਿੰਦੇ ਕਿਉਂ ਨਹੀਂ ਪੜ੍ਹਨੀ? ਜ਼ਰੂਰ ਪੜ੍ਹਨੀ ਹੈ ਭਾਈ ਗੁਰਦਾਸ ਦੀ ਬਾਣੀ। ਇਸ ਕਰਕੇ ਜਿਸ ਬਾਣੀ ਵਿੱਚ ਗੁਰੂ ਕੀ ਪਰਮੇਸ਼ਰ ਦੀ ਮਹਿਮਾ ਕੀਤੀ ਗਈ ਹੈ ਉਸ ਬਾਣੀ ਨੂੰ ਪੜ੍ਹਨਾ, ਉਹਦੀ ਵਿਚਾਰ ਵੀ ਕਰਨੀ ਹੈ। ਜਿਹੜੀਆਂ ਸਾਧ ਸੰਗਤ ਜੀ ਰਾਸ ਲੀਲਾ ਦਾ ਜਿਨ੍ਹਾਂ ਗ੍ਰੰਥਾਂ ਦੇ ਵਿੱਚ ਵਰਣਨ ਹੈ, ਜਿਨ੍ਹਾਂ ਨਾਲ ਗੁਰੂ ਤੋਂ ਬੰਦਾ ਬੇਮੁਖ ਹੋ ਜਾਂਦਾ, ਗੁਰੂ ਨਾਲ ਈਰਖਾ ਕਰਕੇ ਜਿਨ੍ਹਾਂ ਨੇ ਆਪਣੀਆਂ ਕਵਿਤਾਵਾਂ ਬਣਾਈਆਂ, ਜਾਂ ਜਿਨ੍ਹਾਂ ਨੂੰ ਪੜ੍ਹ ਕੇ ਮਨ ਵਿੱਚ ਵਿਸ਼ਾ ਪੈਦਾ ਹੁੰਦੇ ਹੈ, ਉਹਨਾਂ ਤੋਂ ਹਮੇਸ਼ਾ ਸੰਕੋਚ ਰੱਖਣਾ, ਉਹ ਕਦੇ ਭੁੱਲ ਕੇ ਵੀ ਨਹੀਂ ਪੜ੍ਹਨੇ।
ਕਿੱਸੇ ਕਾਵ ਕਹਾਣੀਆਂ ਨਹੀਂ ਪੜ੍ਹਨੀਆਂ, ਗੁਰੂ ਕੀ ਬਾਣੀ ਜ਼ਰੂਰ ਪੜ੍ਹਨੀ ਹੈ। ਗੁਰੂ ਕਾ ਸਿਧਾਂਤ ਜਿਨ੍ਹਾਂ ਗੁਰਸਿੱਖਾਂ ਨੇ, ਧੰਨ ਭਾਈ ਗੁਰਦਾਸ ਜੀ, ਧੰਨ ਭਾਈ ਨੰਦ ਲਾਲ ਸਿੰਘ ਜੀ, ਗੁਰੂ ਕੇ ਰਹਿਤ ਨਾਮੇ, ਸ਼੍ਰੀ ਗੁਰੂ ਨਾਨਕ ਪ੍ਰਕਾਸ਼, ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਇਹ ਸਾਰੀਆਂ ਰਚਨਾਵਾਂ ਪੜ੍ਹਨੀਆਂ ਅਤੇ ਸੁਣਨੀਆਂ ਹਨ। ਅਰ ਕੀਨਸ ਗੁਰਦਾਸ ਜੋ ਬਾਣੀ, ਮਹਾਰਾਜ ਕਹਿੰਦੇ ਭਾਈ ਅਰ ਕੀਨਸ ਗੁਰਦਾਸ ਜੋ ਬਾਣੀ, ਜਿਹੜੀ ਭਾਈ ਗੁਰਦਾਸ ਦੀ ਬਾਣੀ ਹੈ, ਜੋ ਭਾਈ ਗੁਰਦਾਸ ਨੇ ਬਾਣੀ ਉਚਾਰੀ ਹੈ, ਗੁਰਬਾਣੀ ਕੇ ਆਸ਼ੇ ਸਾਨੀ, ਮਹਾਰਾਜ ਕਹਿੰਦੇ ਉਹ ਸਾਰੀ ਗੁਰਬਾਣੀ ਦੇ ਆਸ਼ੇ ਸਿਧਾਂਤ ਦੇ ਅਨੁਸਾਰ ਹੈ। ਸਾਨੀ ਦਾ ਅਰਥ ਮਿਲੀ ਹੋਈ ਹੈ, ਗੁਰਬਾਣੀ ਦੇ ਸਿਧਾਂਤ ਦੇ ਨਾਲ ਮਿਲੀ ਹੋਈ ਉਹ ਬਾਣੀ ਹੈ। ਭਾਈ ਗੁਰਦਾਸ ਦੀ ਬਾਣੀ ਵਿੱਚ ਗੁਰੂ ਕਾ ਹੀ ਸਾਰਾ ਸਿਧਾਂਤ ਰੱਖਿਆ ਹੋਇਆ ਹੈ। ਐਸੀ ਪਠਵੇ ਗੁਰਮਤ ਪਾਵੇ, ਆਖੋ ਭਾਈ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹੜਾ ਭਾਈ ਗੁਰਦਾਸ ਦੀ ਬਾਣੀ ਪੜ੍ਹੇਗਾ, ਐਸੀ ਬਾਣੀ ਨੂੰ ਵਿਚਾਰੇਗਾ, ਗੁਰਮਤ ਨੂੰ ਪਾ ਲਏਗਾ, ਗੁਰਮਤ ਦੀ ਪ੍ਰਾਪਤੀ ਹੋਵੇਗੀ ਉਸ ਨੂੰ। ਸਤਿਗੁਰ ਸ਼ਰਧਾ ਹਿਰਦੈ ਵਧਾਵੇ, ਸਤਿਗੁਰੂ ਪ੍ਰਤੀ ਹਿਰਦੇ ਵਿੱਚ ਬਹੁਤ ਸ਼ਰਧਾ ਵੱਧ ਜਾਂਦੀ ਹੈ, ਬਹੁਤ ਭਾਵਨਾ ਮਨ ਜਿਹੜਾ ਸਤਿਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਔਰ ਸ਼ਰਧਾ ਵਿੱਚ ਵਾਧਾ ਹੁੰਦਾ ਹੈ। ਸਿੱਖੀ ਕੋ ਪ੍ਰਾਪਤ ਨਰ ਹੋਏ, ਉਹ ਨਰ ਉਹ ਮਨੁੱਖ ਸਿੱਖੀ ਨੂੰ ਪ੍ਰਾਪਤ ਕਰ ਲੈਂਦਾ ਹੈ। ਹਰ ਗੁਰ ਜਸ ਤਰਕ ਨਾ ਕੋਏ, ਇਸ ਕਰਕੇ ਗੁਰਸਿੱਖੋ ਜੇ ਜਿਸ ਬਾਣੀ ਵਿੱਚ ਭਾਈ ਗੁਰਦਾਸ ਦੀ ਬਾਣੀ ਵਿੱਚ ਪਰਮੇਸ਼ਰ ਦਾ ਜਸ ਗੁਰੂ ਦਾ ਜਸ ਕੀਤਾ ਗਿਆ, ਉਸ ਉੱਤੇ ਕਦੇ ਤਰਕ ਨਹੀਂ ਕਰਨੀ, ਸ਼ੰਕਾ ਨਹੀਂ ਕਦੇ ਕਰਨੀ ਮਨ ਵਿੱਚ। ਰੁਚ ਸੋ ਪੜ੍ਹੋ ਸੁਣੋ ਸੁਖ ਪਾਵੋ, ਰੁਚੀ ਨਾਲ ਪੜ੍ਹਨੀ ਵੀ ਔਰ ਸੁਣਨੀ ਵੀ ਹੈ। ਜਿਹੜਾ ਪੜ੍ਹੇ ਸੁਣੇਗਾ ਉਸ ਨੂੰ ਬਹੁਤ ਸੁਖ ਪ੍ਰਾਪਤ ਹੋਣਗੇ। ਗੁਰ ਕੀ ਪ੍ਰਭ ਕੀ ਕਥਾ ਸੁਣਾਵੋ, ਗੁਰੂ ਦੀ ਅਤੇ ਪਰਮੇਸ਼ਰ ਦੀ ਕਥਾ ਸੰਗਤਾਂ ਨੂੰ ਇਸ ਬਾਣੀ ਦੁਆਰਾ ਸਰਵਣ ਕਰਾਉਣੀ ਹੈ, ਭਾਈ ਗੁਰਦਾਸ ਜੀ ਦੀ ਰਚਨਾ ਦੁਆਰਾ ਜਾਂ ਇਸ ਤੋਂ ਇਲਾਵਾ ਗੁਰਬਾਣੀ ਦੀ ਪਰਮੇਸ਼ਰ ਦੀ ਹਮੇਸ਼ਾ ਵਾਸਤੇ ਕਥਾ ਦਾ ਕਥਨ ਕਰਨਾ ਔਰ ਸੰਗਤਾਂ ਨੂੰ ਸੁਣਾਉਣਾ ਹੈ। ਸ਼੍ਰੀ ਅਰਜਨ ਤੇ ਸੁਣ ਸਭ ਮਾਨੀ, ਧੰਨ ਗੁਰੂ ਅਮਰਦਾਸ ਜੀ ਨੇ ਪਹਿਲਾਂ ਹੀ ਕਹਿ ਦਿੱਤਾ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ, ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਦਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਬੰਦਿਆਂ ਦੀਆਂ ਬਣਾਈਆਂ ਰਚਨਾਵਾਂ ਨਹੀਂ ਪੜ੍ਹਨੀਆਂ, ਗੁਰੂ ਕੀ ਬਣਾਈ ਜਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਪ੍ਰਮਾਣਿਕ ਕਰ ਲਿਆ ਉਹਨਾਂ ਦੀ ਰਚਨਾ ਜ਼ਰੂਰ ਪੜ੍ਹਨੀ ਹੈ। ਭਾਈ ਗੁਰਦਾਸ ਦੀ ਬਾਣੀ ਪ੍ਰਮਾਣਨੀਕ ਹੈ, ਭਾਈ ਨੰਦ ਲਾਲ ਸਿੰਘ ਜੀ ਦੀ ਬਾਣੀ ਦਸਮ ਪਿਤਾ ਜੀ ਨੇ ਆਪ ਪ੍ਰਮਾਣਨੀਕ ਕੀਤੀ ਹੈ। ਇਸ ਕਰਕੇ ਸਾਧ ਸੰਗਤ ਜੀ, ਇਸੇ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਸਾਰਾ ਕਲਗੀਧਰ ਪਾਤਸ਼ਾਹ ਜੀ ਦਾ ਆਪ ਉਚਾਰਨ ਕੀਤਾ ਹੋਇਆ ਇਹ ਪਾਵਨ ਦਸਮ ਪਾਤਸ਼ਾਹ ਜੀ ਦਾ ਸਰੂਪ ਹੈ। ਇਸ ਤੋਂ ਇਲਾਵਾ ਗੁਰਪ੍ਰਤਾਪ ਸੂਰਜ ਗ੍ਰੰਥ, ਨਾਨਕ ਪ੍ਰਕਾਸ਼, ਗੁਰ ਇਤਿਹਾਸ, ਇਹ ਗੁਰੂ ਕੇ ਪੰਥ ਨੇ ਸਤਿਗੁਰੂ ਜੀ ਦੀ ਮਹਿਮਾ ਭਰੀ ਹੋਈ ਮਹਾਨ ਇਹ ਰਚਨਾਵਾਂ ਪ੍ਰਵਾਨ ਕੀਤੀਆਂ ਹਨ। ਸੋ ਇਹ ਪ੍ਰਮਾਣਨੀਕ ਇਹਨਾਂ ਉੱਤੇ ਮੋਹਰ ਲੱਗੀ ਹੋਈ ਹੈ। ਲੱਖ ਕੋਈ ਸ਼ੰਕੇ ਪੈਦਾ ਕਰੇ, ਇਹਨਾਂ ਲੋਕਾਂ ਦੇ ਸ਼ੰਕਿਆਂ ਪੰਕਿਆਂ ਦੀ ਪਰਵਾਹ ਨਹੀਂ ਕਰਨੀ। ਆਪਾਂ ਗੁਰਸਿੱਖੋ ਗੁਰੂ ਸਾਹਿਬ ਜੀ ਦੀ ਮਹਿਮਾ ਵਿੱਚੋਂ, ਪਰਮੇਸ਼ਰ ਦੀ ਮਹਿਮਾ ਵਿੱਚੋਂ
ਆਪਣੇ ਜੀਵਨ ਵਿੱਚ ਵਾਹਿਗੁਰੂ ਦੇ ਪ੍ਰੇਮ ਦਾ ਰਸ ਲੈਣਾ ਹੈ। ਇਹ ਜੀਵਨ ਵਿੱਚ ਆਪਾਂ ਆਨੰਦ ਪ੍ਰਾਪਤ ਕਰਨਾ, ਸ਼ੁਭ ਸਿੱਖਿਆਵਾਂ ਨੂੰ ਧਾਰਨ ਕਰਨਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਆਗਿਆ ਕੀਤੀ ਹੈ, ਸੁਣ ਸ਼੍ਰੀ ਅਰਜਨ ਤੇ ਸੁਣ ਸਭ ਮਾਨੀ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਸੁਣ ਕੇ ਸਾਰਿਆਂ ਨੇ ਇਹ ਗੁਰੂ ਕੀ ਸਿੱਖਿਆ ਨੂੰ ਸਤ ਕਰਕੇ ਮੰਨਿਆ ਹੈ। ਪਠਨ ਲੱਗੇ ਗੁਰ ਕ੍ਰਿਤ ਮਹਾਨੀ, ਸਾਰੇ ਸਿੱਖ ਗੁਰੂ ਕੀ ਬਾਣੀ ਔਰ ਗੁਰੂ ਕੀ ਮਹਿਮਾ ਵਾਲੀ ਕਿਰਤ ਜੋ ਕੀਤੀ ਹੈ, ਜਿਵੇਂ ਭਾਈ ਸਾਹਿਬ ਨੇ ਕੀਤੀ ਹੈ ਰਚਨਾ, ਸਾਰੇ ਗੁਰੂ ਕੇ ਸਿੱਖ ਉਸ ਬਾਣੀ ਨੂੰ ਪੜ੍ਹਨ ਲੱਗ ਪਏ। ਸੋ ਇਹ ਸਤਿਗੁਰੂ ਮਹਾਰਾਜ ਜੀ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ, ਸਿੱਖਾਂ ਦਾ ਸ਼ੰਕਾ ਵੀ ਮਿਟਿਆ ਔਰ ਸਾਨੂੰ ਵੀ ਸਿੱਧੇ ਰਸਤੇ 'ਤੇ ਗੁਰੂ ਸਾਹਿਬ ਜੀ ਨੇ ਪਾਇਆ। ਸਾਧ ਸੰਗਤ ਜੀ ਜਿਹੜੇ ਅੱਜ ਸ਼ੰਕਾਵਾਂ ਕਰ ਰਹੇ ਹੈ ਨਾ, ਉਹਨਾਂ ਸਾਰੀਆਂ ਸ਼ੰਕਾਵਾਂ ਦਾ ਉੱਤਰ ਗੁਰੂ ਸਾਹਿਬ ਨੇ ਸਮੇਂ ਸਮੇਂ ਆਪ ਦੇ ਦਿੱਤਾ। ਦੁਬਾਰਾ ਕਿਸੇ ਨੂੰ ਉਹ ਸ਼ੰਕਾ ਕਰਨ ਦਾ ਅਧਿਕਾਰ ਨਹੀਂ, ਨਾ ਕੋਈ ਹੱਕ ਹੈ ਤੇ ਨਾ ਹੀ ਅਸੀਂ ਇਹ ਕਿਸੇ ਨੂੰ ਹੱਕ ਦੇਣਾ ਵੀ ਹੈ। ਇਹ ਕੱਲ ਦੇ ਉੱਠ ਕੇ ਚੌਧਰੀ ਨਾ ਗੁਰੂ ਕੀ ਬਾਣੀ ਦਾ ਅਭਿਆਸ, ਨਾ ਸਿਮਰਨ, ਨਾ ਗੁਰਸਿੱਖੀ ਦੀ ਰਹਿਤ, ਨਾ ਕੋਈ ਕੁਰਬਾਨੀ, ਨਾ ਕੋਈ ਸੇਵਾ, ਨਾ ਕੋਈ ਪੰਥ ਲਈ ਦਰਦ। ਸਾਧ ਸੰਗਤ ਜੀ ਚਾਰ ਕਿਤਾਬਾਂ ਪੜ੍ਹ ਕੇ ਵੱਡੇ ਪ੍ਰਚਾਰਕ ਬਣ ਜਾਂਦੇ ਹੈ, ਕੌਮ ਨੂੰ ਦੁਬਧਾ ਵਿੱਚ ਪਾਈ ਜਾਂਦੇ ਹੈ। ਇਹਨਾਂ ਲੋਕਾਂ ਨੂੰ ਬਿਲਕੁਲ ਆਪਾਂ ਤਕੜਿਆਂ ਹੋ ਕੇ ਸਾਰੀ ਕੌਮ ਨੇ, ਸਾਰੇ ਸਿੰਘਾਂ ਨੇ, ਸਾਰੀਆਂ ਜਥੇਬੰਦੀਆਂ ਨੇ ਇਹਨਾਂ ਦਾ ਡਟ ਕੇ ਮੁਕਾਬਲਾ ਕਰਨਾ। ਭਾਈ ਗੁਰਦਾਸ ਜੀ ਨੇ ਪਿਰਥੀਏ ਵਰਗੇ ਦਾ ਪਾਜ ਉਘੇੜਿਆ ਸੀ, ਗੁਰੂ ਸਾਹਿਬ ਦੇ ਬਰਾਬਰ ਬਣ ਬਣ ਬੈਠ ਗਿਆ। ਜੇ ਭਾਈ ਗੁਰਦਾਸ ਜੀ ਇੰਨੀ ਕੁਰਬਾਨੀ ਨਾ ਕਰਦੇ ਤਾਂ ਪਿਰਥੀਏ ਨੇ, ਮੀਣਿਆਂ ਨੇ ਬਹੁਤ ਵੱਡਾ ਗੁਰੂ ਘਰ ਦਾ ਨੁਕਸਾਨ ਕਰਨਾ ਸੀ। ਇਹ ਸਮੇਂ ਸਮੇਂ ਸਾਧ ਸੰਗਤ ਜੀ ਜਦੋਂ ਇਹੋ ਜਿਹੀਆਂ ਕਾਂਗਿਆਰੀਆਂ ਉੱਠੀਆਂ, ਗੁਰਸਿੱਖਾਂ ਨੇ ਇਹਨਾਂ ਨੂੰ ਉੱਥੇ ਥਾਂ ਹੀ ਰਗੜ ਕੇ ਦਬਾ ਦਿੱਤਾ, ਇਹਨਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ। ਇਸੇ ਤਰ੍ਹਾਂ ਆਪਣਾ ਜਿਹੜਾ ਇਹ ਸਮਾਂ ਚੱਲ ਰਿਹਾ, ਬੜਾ ਭਿਆਨਕ ਸਮਾਂ ਕੌਮ ਉੱਤੇ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਗੁਰਦੇਖੀਆਂ ਗੁਰਨਿੰਦਕਾਂ ਦਾ ਡਟ ਕੇ ਆਪਾਂ ਮੁਕਾਬਲਾ ਕਰਨਾ, ਜਿਹੜੇ ਗੁਰਬਾਣੀ ਉੱਤੇ, ਗੁਰੂ ਸਾਹਿਬ ਦੇ ਬਚਨਾਂ ਉੱਤੇ, ਗੁਰੂ ਕੇ ਇਤਿਹਾਸ ਉੱਤੇ, ਗੁਰਮਤਿ ਦੇ ਸਿਧਾਂਤਾਂ 'ਤੇ ਅੱਜ ਗਹਿਰੀ ਚੋਟ ਕਰ ਰਹੇ ਹੈ ਨਾ, ਇਹ ਸਿੱਖ ਨਹੀਂ ਹਨ ਸਾਧ ਸੰਗਤ ਜੀ, ਇਹ ਤਾਂ ਸਿੱਖੀ ਦੇ ਭੇਸ ਵਿੱਚ ਸਿੱਖ ਦੋਖੀ ਤਾਕਤਾਂ ਦੇ ਏਜੰਟ ਹਨ। ਇਹਨਾਂ ਤੋਂ ਬਚ ਕੇ ਰਹੋ ਔਰ ਇਹਨਾਂ ਦਾ ਡਟ ਕੇ ਆਪਾਂ ਮੁਕਾਬਲਾ ਵੀ ਕਰੀਏ, ਸੰਗਤਾਂ ਨੂੰ ਸੁਚੇਤ ਵੀ ਕਰੀਏ। ਇਸ ਗੁਰ ਇਤਿਹਾਸ ਤੋਂ ਆਪਾਂ ਇਹ ਸਿੱਖਿਆਵਾਂ ਵੀ ਜੀਵਨ ਵਿੱਚ ਪ੍ਰਾਪਤ ਕਰਨੀਆਂ ਹਨ। ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ। ਸਾਧ ਸੰਗਤ ਜੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਪੂਰਾ ਸ਼ਹੀਦੀ ਘੱਲੂਘਾਰਾ ਹਫ਼ਤਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਨਾਇਆ ਜਾਣਾ। ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ ਸ਼ਹੀਦੀ ਦੀਵਾਨ ਸਜਿਆ ਕਰਨਗੇ। ਉਹਨਾਂ ਦੀਵਾਨਾਂ ਵਿੱਚ ਵੀ ਤੁਸੀਂ ਸਾਰੇ ਨਗਰ ਦੀ ਸੰਗਤ ਨੇ ਹੁੰਮ ਹਮਾ ਕੇ ਪਹੁੰਚਣਾ। ਤੁਹਾਡੇ ਨਗਰ ਦਾ ਪ੍ਰੇਮ ਮਹਾਂਪੁਰਖ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਠਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਲੈ ਕੇ ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ, ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨਾਲ ਬਹੁਤ ਵੱਡਾ ਇਸ ਨਗਰ ਦਾ ਪ੍ਰੇਮ।
ਬਾਬਾ ਸਾਧੂ ਸਿੰਘ ਜੀ ਬੂੜੇ ਨੰਗਲ ਦੇ ਸਨ, ਜਿਨ੍ਹਾਂ ਨੇ ਵੱਡੇ ਮਹਾਂਪੁਰਸ਼ਾਂ ਨਾਲ ਲੰਮਾ ਸਮਾਂ ਜਥੇ ਵਿੱਚ ਰਹਿ ਕੇ ਗੁਰਮਤਿ ਦੀ ਵਿੱਦਿਆ ਪ੍ਰਾਪਤ ਕੀਤੀ, ਅੱਗੇ ਬੇਅੰਤ ਸਿੰਘਾਂ ਨੂੰ ਵਿੱਦਿਆ ਪੜ੍ਹਾਈ। ਸੋ ਸਾਧ ਸੰਗਤ ਜੀ, ਇਸ ਨਗਰ ਦੀ ਸੰਗਤ ਹਰ ਜੋੜ ਮੇਲੇ ਅਤੇ ਮਹਾਂਪੁਰਖਾਂ ਦੇ ਸਮੇਂ ਵੀ ਪ੍ਰਸ਼ਾਦੇ ਪਕਾਉਣ ਦੀ ਵਰਤਾਉਣ ਦੀ ਸੇਵਾ ਕਰਦੀ ਆ ਰਹੀ ਹੈ। ਹੁਣ ਵੀ ਤੁਹਾਡੇ ਨਗਰ ਦੀ ਸੰਗਤ ਦੀ ਬਹੁਤ ਵੱਡੀ ਸੇਵਾ ਹੁੰਦੀ ਹੈ। ਇਸ ਲਈ 6 ਦਿਨ ਲੰਗਰਾਂ ਦੇ ਵਿੱਚ ਵੀ ਸਾਰੇ ਨਗਰ ਦੀਆਂ ਬੀਬੀਆਂ ਨੇ ਔਰ ਸਿੰਘਾਂ ਨੇ ਪਹੁੰਚ ਕੇ ਭਾਈ ਤੁਸੀਂ ਸੇਵਾ ਵੀ ਕਰਿਆ ਕਰਨੀ ਹੈ, ਪ੍ਰਸ਼ਾਦੇ ਪਕਾਉਣੇ, ਬਣਾਉਣੇ ਅਤੇ ਵਰਤਾਉਣੇ, ਇਹ ਸਾਰੇ ਨਗਰ ਦੀ ਸੇਵਾ ਹੈ। ਔਰ 6 ਦਿਨ ਹੀ ਉੱਥੇ ਸ਼ਹੀਦੀ ਜੋੜ ਮੇਲਿਆਂ ਵਿੱਚ ਰੋਜ਼ਾਨਾ ਹਾਜ਼ਰੀਆਂ ਵੀ ਭਰਿਆ ਕਰਨੀਆਂ। 6 ਜੂਨ ਨੂੰ 10 ਵਜੇ ਤੋਂ ਪਹਿਲਾਂ ਸਾਰੇ ਨਗਰ ਦੀ ਸੰਗਤ ਨੇ, ਇਰਦ ਗਿਰਦ ਦੇ ਨਗਰਾਂ ਦੀ ਸੰਗਤ ਨੇ ਹੁੰਮ ਹੁਮਾ ਕੇ ਪਹੁੰਚਣਾ। 20 ਤਾਰੀਖ ਨੂੰ ਮੀਟਿੰਗ ਰੱਖੀ ਗਈ ਹੈ ਸਾਰੇ ਪੰਜਾਬ ਵਿੱਚੋਂ ਮੁਖੀ ਸਿੰਘਾਂ ਦੀ। 12 ਵਜੇ ਤੱਕ ਆਪਾਂ ਸਾਰਿਆਂ ਨੇ ਉਸ ਮੀਟਿੰਗ ਵਿੱਚ ਵੀ ਪਹੁੰਚਣਾ। ਉਹਦੇ ਵਿੱਚ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਸੰਗਤਾਂ ਨੂੰ ਲਿਆਉਣ ਲਈ ਵਿਸ਼ੇਸ਼ ਇਕੱਤਰਤਾ ਕੀਤੀ ਜਾਂਦੀ ਹੈ। ਹੋਰ ਵੀ ਪ੍ਰਬੰਧਾਂ ਬਾਰੇ ਵਿਚਾਰਾਂ ਹੁੰਦੀਆਂ ਹਨ। 31 ਮਈ ਨੂੰ ਆਪਣੇ ਇਲਾਕੇ ਦੀ ਸਮੁੱਚੀ ਮੀਟਿੰਗ ਆ, ਉਹਦੇ ਵਿੱਚ ਵੀ 12 ਵਜੇ ਤੱਕ ਮੁਖੀ ਸਿੰਘਾਂ ਨੇ ਪਹੁੰਚਣਾ, ਜਿਹਦੇ ਵਿੱਚ ਵੱਖ ਵੱਖ ਡਿਊਟੀਆਂ ਅਤੇ ਸੇਵਾਵਾਂ ਕਿਸ ਤਰਤੀਬ ਨਾਲ ਸਾਰੇ ਪ੍ਰੋਗਰਾਮ ਲਿਖਣੇ ਉਹਦੇ ਬਾਰੇ ਵੀ ਵਿਚਾਰ ਅਤੇ ਜ਼ਿੰਮੇਵਾਰੀਆਂ ਲੱਗਣੀਆਂ ਹਨ, ਉਹਦੇ ਵਿੱਚ ਵੀ ਮੁਖੀ ਸਿੰਘਾਂ ਨੇ ਪਹੁੰਚਣਾ। ਜ਼ਰੂਰੀ ਬੇਨਤੀ ਹੈ ਸਾਧ ਸੰਗਤ ਜੀ, ਜਥੇਬੰਦੀ ਦਮਦਮੀ ਟਕਸਾਲ ਵੱਲੋਂ ਪ੍ਰੋਫੈਸ਼ਨਲ ਗੁਰਮਤਿ ਕਾਲਜ ਆਫ ਦਮਦਮੀ ਟਕਸਾਲ, ਇਹ 3 ਕੁ ਸਾਲ ਤੋਂ ਅਦਾਰਾ ਸ਼ੁਰੂ ਕੀਤਾ ਗਿਆ, ਜਿਹਦੇ ਵਿੱਚ ਪਲੱਸ 2 12 ਪਾਸ ਵਿਦਿਆਰਥੀ ਸਿੰਘਾਂ ਨੂੰ ਲਿਆ ਜਾਂਦਾ ਔਰ ਉਹਨਾਂ ਨੂੰ 5 ਸਾਲਾਂ ਵਿੱਚ MA BA ਕਰਾ ਕੇ ਨਾਲ ਕਥਾ ਦਾ, ਸ਼ੁੱਧ ਗੁਰਬਾਣੀ ਦੇ ਪਾਠ ਦਾ ਕੋਰਸ ਕਰਾਇਆ ਜਾਂਦਾ ਹੈ। ਸਾਰੀ ਸੇਵਾ ਪੜ੍ਹਾਉਣ ਤੋਂ ਲੈ ਕੇ ਕਿਰਿਆ ਤੱਕ, ਸੇਵਾ ਸੰਭਾਲ ਤੱਕ ਸਾਰੀ ਜਥੇਬੰਦੀ ਵੱਲੋਂ ਕੀਤੀ ਜਾਂਦੀ ਹੈ। ਇਸ ਤੋਂ ਵੀ ਆਪਾਂ ਜ਼ਰੂਰ ਲਾਭ ਲੈਣਾ, ਵੱਧ ਤੋਂ ਵੱਧ ਆਪਣੇ ਇਲਾਕੇ ਵਿੱਚੋਂ ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਉਸ ਕਾਲਜ ਵਿੱਚ, ਜੂਨ ਦੇ ਪਹਿਲੇ ਹਫ਼ਤੇ ਹੀ ਦਾਖਲੇ ਸ਼ੁਰੂ ਹੋ ਜਾਂਦੇ ਹੈ, ਵੱਧ ਤੋਂ ਵੱਧ ਦਾਖਲੇ ਦਵਾਉਣੇ ਹੈ। ਕੌਮ ਦੇ ਵਿਦਵਾਨ ਪ੍ਰਚਾਰਕ ਆਪਾਂ ਪੈਦਾ ਕਰੀਏ ਤਾਂ ਕਿ ਜਿਹੜੇ ਲੋਕ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਆ, ਉਹਨਾਂ ਦਾ ਆਪਾਂ ਗੁਰਮਤਿ ਪ੍ਰਚਾਰ ਰਾਹੀਂ ਡੱਟ ਕੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਸਕੀਏ। ਸੋ ਇਹ ਬੇਨਤੀਆਂ ਹਨ। ਬਾਕੀ ਦੀਆਂ ਬੇਨਤੀਆਂ ਸ਼੍ਰੀ ਮੁਖਵਾਕ ਤੋਂ ਉਪਰੰਤ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਕਰਨਗੇ, ਉਹਨਾਂ ਤੋਂ ਬੇਨਤੀਆਂ ਸੁਣਨੀਆਂ ਹਨ। ਸੋ ਸਾਧ ਸੰਗਤ ਜੀ, ਮੈਂ ਵਿਸ਼ੇਸ਼ ਰੂਪ ਦੇ ਵਿੱਚ ਸਾਰੇ ਨਗਰ ਦੀ, ਇਲਾਕੇ ਦੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਗੁਰੂ ਘਰ ਦੇ ਮੁੱਖ ਗ੍ਰੰਥੀ ਗਿਆਨੀ ਭਾਈ ਮੇਹਰ ਸਿੰਘ ਜੀ, ਭਾਈ ਰਣਜੀਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਮੁੱਚੇ ਨਗਰ ਦੀ, ਨਗਰ ਪੰਚਾਇਤ ਦਾ ਔਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਮੈਨੂੰ ਹੁਕਮ ਹੈ ਕਿ ਨਾਂ ਨਹੀਂ ਕਿਸੇ ਦਾ ਲੈਣਾ। ਸਮੁੱਚੇ ਰੂਪ ਵਿੱਚ ਹੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਗਿਆਨੀ ਰਛਪਾਲ ਸਿੰਘ ਜੀ ਜੋ ਆਪ ਜੀ ਦੇ ਨਗਰ ਤੋਂ ਹਨ, ਵਿਦੇਸ਼ਾਂ ਵਿੱਚ ਵੀ ਬੜੀ ਚੜ੍ਹਦੀ ਕਲਾ ਨਾਲ ਗੁਰਮਤਿ ਦਾ, ਸਿੱਖੀ ਦਾ ਪ੍ਰਚਾਰ ਕਰ ਰਹੇ ਹੈ, ਸਤਿਗੁਰੂ ਜੀ ਦੀ ਕਿਰਪਾ ਹੈ, ਉਹ ਵੀ ਹਾਜ਼ਰੀਆਂ ਭਰ ਰਹੇ ਹਨ। ਮੈਂ ਉਹਨਾਂ ਦਾ ਵੀ, ਹੋਰ ਸਾਰੇ ਪਤਵੰਤੇ ਗੁਰਮੁਖਾਂ ਦਾ, ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ। ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸ੍ਰੀ ਅਰਜਨ ਤੇ ਸੁਣ ਸਭ ਮਾਨੀ, ਪਠਨ ਲੱਗੇ ਗੁਰ ਕ੍ਰਿਤ ਮਹਾਨੀ।
ਵਾਹਿਗੁਰੂ ਜੀ ਕਾ ਖਾਲਸਾ।